ਸਤਿ ਸ਼੍ਰੀ ਅਕਾਲ, ਮੈਂ ਹਾਂ ਅਮ੍ਰਿਤਵੀਰ ਦੀ ਅਤੇ ਜਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਟੂ ਦਾ ਪੁਆਇੰਟ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਹੁੰਦੀ ਹੈ, ਨਵੇਂ ਮੁੱਦੇ ਦੀ ਗੱਲ ਹੁੰਦੀ ਹੈ, ਬਹਿਸ ਹੁੰਦੀ ਹੈ, ਚਰਚਾ ਹੁੰਦੀ ਹੈ। ਪਰ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਹਰ ਰੋਜ਼ ਤਾਂ ਕੇਪੀ ਸਿੰਘ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ, ਪਰ ਅੱਜ ਇੱਕ ਕੁੜੀ ਜਿਹੜੀ ਹੈ, ਅੱਜ ਮੌਕਾ ਮਿਲਿਆ। ਬਿਲਕੁਲ, ਅੱਜ ਜਦੋਂ ਪੂਰੀ ਦੁਨੀਆ ਹੀ ਕੌਮਾਂਤਰੀ ਮਹਿਲਾ ਦਿਹਾੜਾ ਮਨਾ ਰਹੀ ਹੈ, ਤਾਂ ਫਿਰ ਇੱਥੇ ਵੀ ਜਿਹੜਾ ਮੈਨੂੰ ਲੱਗਾ ਕਿ ਸਾਨੂੰ ਵੀ ਜਿਹੜਾ ਮੌਕਾ ਮਿਲਣਾ ਚਾਹੀਦਾ ਤਾਂ ਜੋ ਅਸੀਂ ਵੀ ਜਸ ਟੀਵੀ ਦੇ ਸਾਰੇ ਹੀ ਜਿਹੜੀਆਂ ਵਿਮੈਨ ਸਾਡੇ ਦਰਸ਼ਕ ਨੇ ਉਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਇੱਕ ਨਵੇਂ ਵਿਸ਼ੇ ਦੇ ਉੱਪਰ, ਉਹਨਾਂ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਸਕੀਏ। ਸਭ ਤੋਂ ਪਹਿਲਾਂ ਜਸ ਟੀਵੀ ਦੀਆਂ ਜਿੰਨੀਆਂ ਵੀ ਮਹਿਲਾ ਦਰਸ਼ਕਾਂ ਨੇ ਉਹਨਾਂ ਨੂੰ ਜਸ ਟੀਵੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕੌਮਾਂਤਰੀ ਮਹਿਲਾ ਦਿਹਾੜੇ ਦੀਆਂ। ਤੇ ਮੈਂ ਇਕੱਲੀ ਹੀ ਨਹੀਂ ਹਾਂ, ਮੇਰੇ ਨਾਲ ਮੇਰੇ ਸਹਿਯੋਗੀ ਕੁਲਦੀਪ ਵੀ ਨੇ। ਕੁਲਦੀਪ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਅੰਮ੍ਰਿਤ। ਜਸ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ, ਖਾਸ ਤੌਰ ਤੇ ਔਰਤਾਂ ਨੂੰ ਹੈਪੀ ਵੂਮਨਸ ਡੇ। ਤਾਂ ਬਿਲਕੁਲ ਜੀ, ਸਿਰਜਣਹਾਰੀ ਦਾ ਅੱਜ ਦਿਹਾੜਾ ਤਾਂ ਮਨਾਇਆ ਜਾ ਰਿਹਾ, ਪੂਰੀ ਦੁਨੀਆ ਮਨਾ ਰਹੀ ਹੈ, ਪਰ ਸਾਡਾ ਸਵਾਲ ਇਹ ਹੈ ਕਿ ਸਿਰਜਣਹਾਰੀ ਨੂੰ ਬਣਦਾ ਸਨਮਾਨ ਕਦੋਂ ਮਿਲੇਗਾ। ਪੂਰੀ ਦੁਨੀਆ ਦੇ ਵਿੱਚ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਜਾ ਰਿਹਾ, ਤੇ ਸਾਡੇ ਸਵਾਲ ਜਿਹੜੇ ਨੇ ਕੌਮਾਂਤਰੀ ਮਹਿਲਾ ਦਿਹਾੜੇ ਨੂੰ ਲੈ ਕੇ ਨੇ ਕਿ ਅੱਜ ਕੱਲ੍ਹ ਨਵੀਨੀਕਰਨ ਤੇ ਮਸ਼ੀਨੀਕਰਨ ਦਾ ਯੁੱਗ ਤਾਂ ਚੱਲ ਰਿਹਾ, ਪਰ ਇਸ ਨਵੀਨੀਕਰਨ ਤੇ ਮਸ਼ੀਨੀਕਰਨ ਦੇ ਦੌਰ 'ਚ ਔਰਤਾਂ ਆਪਣੇ ਹੱਕਾਂ ਪ੍ਰਤੀ ਕਿੰਨੀਆਂ ਕੁ ਜਾਗਰੂਕ ਹੋਈਆਂ ਨੇ? ਅੱਜ ਵੀ ਰਾਖਵੇਂਕਰਨ ਦੇ ਲਈ ਸੰਘਰਸ਼ ਕਰਦੀ ਅੱਧੀ ਆਬਾਦੀ ਨੂੰ ਪੂਰਾ ਹੱਕ ਕਿਵੇਂ ਤੇ ਕਦੋਂ ਮਿਲੇਗਾ, ਪੂਰਾ ਹੱਕ ਕਦੋਂ ਮਿਲੇਗਾ? ਤੇ ਸਮਾਜ ਦੀ ਮਾਨਸਿਕਤਾ ਬਦਲਣ ਦੇ ਵਿੱਚ ਔਰਤਾਂ ਨੇ ਖੁਦ ਕਿੰਨੀ ਕੁ ਭੂਮਿਕਾ ਨਿਭਾਈ ਹੈ ਤੇ ਕਿੰਨਾ ਕੁ ਅਸਰ ਹੋਇਆ ਹੈ? ਜੀ ਅੰਮ੍ਰਿਤ, ਔਰਤਾਂ ਦੇ ਲਈ ਘਰ ਤੋਂ ਬਾਹਰ ਤੱਕ ਸੁਰੱਖਿਅਤ ਮਾਹੌਲ ਪੈਦਾ ਕਰਨ 'ਚ ਸਰਕਾਰਾਂ ਕਿੰਨੀਆਂ ਸਫਲ ਹੋਈਆਂ ਨੇ? ਮਰਦ ਪ੍ਰਧਾਨ ਸਮਾਜ ਦੇ ਢਾਂਚੇ 'ਚ ਬਰਾਬਰਤਾ ਲਿਆਉਣ ਦੇ ਲਈ ਕਿਹੜੀ ਲੜਾਈ ਦੀ ਲੋੜ ਹੈ? ਜਨਮ ਤੋਂ ਮਰਨ ਤੱਕ ਔਰਤਾਂ ਦੇ ਤੇ ਹਿੰਸਾ ਦੇ ਜਿਹੜੇ ਵੱਧਦੇ ਮਸਲੇ ਕਿਵੇਂ ਕੱਟਣਗੇ? ਇਹ ਤਮਾਮ ਸਵਾਲ ਨੇ ਜਿਨ੍ਹਾਂ ਦੇ ਉੱਪਰ ਚਰਚਾ ਕਰਾਂਗੇ, ਪਰ ਵੱਡਾ ਸਵਾਲ ਜਿਹੜਾ ਹੈ ਸਾਡਾ ਕਿ ਕੌਮਾਂਤਰੀ ਮਹਿਲਾ ਦਿਹਾੜਾ ਮਨਾਉਣ ਵਾਲੀਆਂ ਰਸਮਾਂ ਅੱਧੀ ਆਬਾਦੀ ਦੇ ਲਈ ਕੋਈ ਨਵਾਂ ਰਾਹ ਖੋਲਦੀਆਂ ਨੇ? ਕਿਉਂਕਿ ਅੱਜ ਵੱਡੇ ਪੱਧਰ ਦੇ ਉੱਪਰ ਪੂਰੇ ਦੇਸ਼ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ, ਰਸਮਾਂ ਮਨਾਈਆਂ ਜਾ ਰਹੀਆਂ ਨੇ, ਸਮਾਗਮ ਕਰਵਾਏ ਜਾ ਰਹੇ ਨੇ, ਪਰ ਇਹ ਦਿਹਾੜੇ ਜ਼ਮੀਨੀ ਹਕੀਕਤ 'ਤੇ ਜਿਹੜਾ ਹੈ ਉਹ ਕਿੰਨੇ ਕੁ ਰਾਹ ਖੋਲਦੇ ਨੇ ਔਰਤਾਂ ਦੇ ਲਈ? ਇਸੇ ਦੇ ਆਲੇ ਦੁਆਲੇ, ਇਹਨਾਂ ਸਵਾਲਾਂ ਦੇ ਆਲੇ ਦੁਆਲੇ ਹੀ ਅੱਜ ਚਰਚਾ ਹੋਵੇਗੀ। ਅੱਜ ਚਰਚਾ ਹੋਵੇਗੀ ਅੱਧੀ ਆਬਾਦੀ ਦੇ ਉੱਪਰ। ਇਸ ਚਰਚਾ ਦੇ ਵਿੱਚ ਸਾਡਾ ਸਾਥ ਦੇਣਗੇ, ਸਾਡਾ ਸਾਥ ਦੇਣ ਦੇ ਲਈ ਸਾਡੇ ਨਾਲ ਮਹਿਮਾਨ ਜਿਹੜੇ ਮੌਜੂਦ ਨੇ, ਸੁਖਮਨੀ ਬਾਲ ਰਿਆੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਿਸਟੋਰੀਅਨ ਨੇ, ਮੈਂ ਤੁਹਾਨੂੰ ਦੱਸ ਦਵਾਂ, ਇਸ ਦੇ ਨਾਲ ਹੀ ਰੰਜੀਤਾ ਮਹਿਤਾ ਪੋਲੀਟੀਸ਼ੀਅਨ ਨੇ, ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸੁਖੀ ਬਰਾੜ ਫੋਕ ਸਿੰਗਰ ਨੇ, ਆਪਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਪਰ ਸਿਆਸਤ ਦੇ ਵਿੱਚ ਵੀ ਸਰਗਰਮ ਰਹਿੰਦੇ ਨੇ, ਤੇ ਨਾਲ ਹੀ ਅਦਿਤੀ ਸ਼ਰੌਨ ਦਾ ਮੈਂ ਸਵਾਗਤ ਕਰਦੀ ਹਾਂ, ਜਿਹੜੇ ਐਡਵੋਕੇਟ ਨੇ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਇੱਕ ਵਾਰ ਫਿਰ ਤੋਂ ਕੁਲਦੀਪ ਤੁਹਾਡਾ ਵੀ ਸਵਾਗਤ ਹੈ। ਥੈਂਕ ਯੂ ਅੰਮ੍ਰਿਤ। ਮੈਂ ਸ਼ੁਰੂਆਤ ਕਰਾਂਗੀ ਸੁਖੀ ਬਰਾੜ ਜੀ ਤੁਹਾਡੇ ਤੋਂ, ਜਿਹੜਾ ਤੁਸੀਂ ਜਿਹੜਾ ਇਹ ਚੁਣਿਆ ਹੈ ਸੰਗੀਤ ਦੀ ਦੁਨੀਆ ਹੈ, ਤੇ ਕਹਿੰਦੇ ਨੇ ਕਿ ਔਰਤਾਂ ਦੇ ਲਈ ਇਹ ਜਿਹੜੀ, ਖਾਸ ਕਰਕੇ ਮਹਿਲਾਵਾਂ ਦੇ ਲਈ ਇਹ ਜਿਹਨੂੰ ਫੀਲਡ ਨੂੰ ਕਹਿ ਦਈਏ, ਤੇ ਕਹਿੰਦੇ ਸੀ ਕੁੜੀਆਂ ਦੇ ਲਈ ਇਹ ਫੀਲਡ ਜਿਹੜਾ ਹੈ ਚੰਗਾ ਨਹੀਂ ਸੀ ਮੰਨਿਆ ਜਾਂਦਾ, ਬਹੁਤ ਔਕੜਾਂ ਜਿਹੜੀਆਂ ਆਉਂਦੀਆਂ ਨੇ। ਪਰ ਜਿਸ ਸਮੇਂ ਤੁਸੀਂ ਸ਼ੁਰੂਆਤ ਕੀਤੀ ਤੁਹਾਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਤੇ ਹੁਣ ਜਿਹੜਾ ਮੁਕਾਮ ਹਾਸਲ ਕਰ ਲਿਆ ਹੈ ਇੱਥੋਂ ਤੱਕ ਪਹੁੰਚਦੇ ਕੀ ਸੌੜੀ ਸੋਚ ਤੇ ਕੀ ਔਕੜਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ? ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਹਕੀਕਤ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਸ਼ੁਰੂ ਕੀਤਾ ਵੀ 22 ਸਾਲ ਪਹਿਲਾਂ, ਤਾਂ ਗਾਇਕੀ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ, ਖਾਸ ਕਰਕੇ ਜੇ ਕੋਈ ਕੁੜੀ ਗਾਇਕਾ ਬਣਨਾ ਚਾਹੁੰਦੀ ਸੀ ਤਾਂ ਉਹਨੂੰ ਮੇਰਾ ਖਿਆਲ ਆ ਵੀ ਜਿਵੇਂ ਸਾਡੇ ਵਰਗੇ ਜੱਟਾਂ ਦੇ ਪਰਿਵਾਰ 'ਚ ਉੱਠ ਕੇ, ਤਾਂ ਇਹੀ ਕਹਿੰਦੇ ਹੁੰਦੇ ਸੀ ਵੀ ਇਹ ਕੰਜਰਖਾਨਾ, ਇਹ ਕਿੱਥੋਂ ਤੋਂ ਸ਼ੁਰੂ ਕਰ ਲਿਆ। ਬਿਲਕੁਲ, ਮੈਂ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੋਂ ਲੈ ਕੇ ਮੈਂ ਚੋਰੀ ਚੋਰੀ ਗਾਉਣਾ, ਕਿਉਂਕਿ ਸ਼ੌਕ ਦੇ ਉੱਤੇ ਬੱਚੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਜੇ ਤੁਹਾਡੇ 'ਚ ਕੋਈ ਟੇਲੈਂਟ ਹੈ ਨਾ ਤਾਂ ਪੇਰੈਂਟਸ ਜ਼ਿਆਦਾ ਕੰਟਰੋਲ ਨਹੀਂ ਕਰ ਸਕਦੇ। ਮੈਨੂੰ ਬਹੁਤ ਕੁੱਟ ਪਈ, ਮੈਨੂੰ ਬੀਏ 'ਚ ਵੀ, ਯੂਨੀਵਰਸਿਟੀ 'ਚ ਵੀ, ਮੈਨੂੰ ਅੱਜ ਕੱਲ੍ਹ ਤਾਂ ਬੱਚੇ ਝਿੜਕਣੇ ਬਰਦਾਸ਼ਤ ਕਰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਕੁੱਟ ਵੀ ਖਾਂਦੀ ਸੀ ਮੈਂ, 84-85 ਦੀ ਗੱਲ ਹੈ, ਜਦੋਂ ਗਾਇਕੀ ਪਿੱਛੇ ਕੁੱਟ ਵੀ ਖਾਂਦੀ। ਪਰ ਜਿਹੜੀ ਮੇਰੀ ਸੋਚਣੀ ਹੈ, ਮੈਂ ਜਿਸ ਤਰੀਕੇ ਨਾਲ ਗਾਇਆ, ਜਿਸ ਤਰੀਕੇ ਨਾਲ ਮੈਂ ਸੰਭਲ ਸੰਭਲ ਕੇ ਗਾਇਆ, ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਦੇ ਨਾਲ ਜੁੜ ਕੇ, ਮੈਂ ਰੂਟਸ ਦੇ ਨਾਲ ਜੁੜ ਕੇ ਗਾਇਆ, ਅੱਜ ਮੈਨੂੰ ਮੇਰੇ ਹੀ ਆਪਣੇ, ਕਿਉਂਕਿ ਮੈਂ ਇੱਕ ਫੈਮਿਲੀ ਪੋਲੀਟੀਕਲ ਫੈਮਿਲੀ 'ਚ ਮੈਰਿਡ ਹਾਂ, ਮੇਰੇ ਆਪਣੇ ਬ੍ਰਦਰ ਵੀ DGP ਰਿਟਾਇਰ ਹੋਏ ਨੇ, ਆਈ ਬਿਲੋਂਗ ਟੂ ਸੱਚ ਏ ਪੋਲੀਟੀਕਲ ਫੈਮਿਲੀ ਐਂਡ ਐਜੂਕੇਟਡ, ਹੁਣ ਉਹੀ ਕਹਿੰਦੇ ਨੇ ਵੀ ਸਾਡੀ ਬੇਟੀ ਗਾ ਰਹੀ ਹੈ, ਜਦੋਂ ਕਿ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਮੈਨੂੰ ਕੁੱਟਣ ਨੂੰ ਤਿਆਰ ਹੁੰਦੇ ਸੀ ਵੀ ਇਹਨੂੰ ਮਾਰ ਹੀ ਦੇ ਦਿੱਤਾ ਸੀ। ਚੰਗੀ ਗੱਲ, ਬਦਲੀ ਹੈ ਸੋਚ, ਬਦਲੀ ਹੈ। ਅੱਜ ਕੱਲ੍ਹ ਜੇ ਲੜਕੇ ਗਾਉਂਦੇ ਨੇ ਤਾਂ ਲੜਕੀਆਂ ਨੂੰ ਵੀ, ਪਰ ਜੇ ਲੜਕੀਆਂ ਸੰਭਲ ਕੇ ਗਾਉਣ, ਪਰ ਇਹ ਪਰ ਵਾਲੀ ਗੱਲ ਆ ਕਿ
लड़कियां नूं तुसीं कहा कि जिवें गाउण दे तां उहदा कुड़ियां नूं वी मौका मिल रहा पर की बराबरता मिल गई है पूरी? बिल्कुल नहीं जी, यह ना मिली है, मेरा नहीं ख्याल भी मिलेगी क्योंकि मैं वेखो तुहानूं पता है सारे फील्डां च सोशल च कल्चरल च पोलीटिकल च मैं जानी हाँ, रौला पाई जांदे ने 50% रिजर्वेशन है, लो हुण एम पी दीआं इलैक्शनां कि दे दो 7-7 सीटां सारी लेडीज़ नूं, इह सब गल्लां है ਸਫ਼ਰ ਕਿਵੇਂ ਦਾ ਰਿਹਾ? ਦੇਖੋ ਮੈਂ ਵੀ ਪੰਜਾਬ ਦੀ ਧੀਆਂ ਤੇ ਹਰਿਆਣਾ ਦੀ ਬਹੂ ਹਾਂ, ਜਦੋਂ ਪੰਜਾਬ ਦੇ ਵਿੱਚ ਬਿਲੋਂਗਿੰਗ ਹੋਈ, ਮਲੇਰਕੋਟਲਾ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਮੈਂ ਪੈਦਾ ਹੋਈ, ਮੁਸਲਿਮ ਕਲਚਰ ਉੱਥੇ ਜ਼ਿਆਦਾ ਸੀਗਾ ਤੇ ਸਾਨੂੰ ਵੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਬੜੀ ਰਿਸਟ੍ਰਿਕਸ਼ਨ ਦੇ ਵਿੱਚ ਅਸੀਂ ਜੰਮੇ ਪਲੇ, ਕੁੱਟਾਂ ਵੀ ਖਾਧੀਆਂ, ਮਾਰਾਂ ਵੀ ਖਾਧੀਆਂ, ਪਰ ਉਹੀ ਅੰਦਰ ਦਾ ਜਿਹੜਾ ਕੀੜਾ ਸੀ ਟੈਲੈਂਟ ਉਹ ਵਾਰ ਵਾਰ ਉੱਛਲਦਾ ਸੀਗਾ, ਨਾਟਕਾਂ ਦੇ ਵਿੱਚ ਵੀ ਸਭ ਚੀਜ਼ਾਂ ਦੇ ਵਿੱਚ ਪਾਰਟੀਸਪੇਟ ਕਰਨਾ, ਪਰ ਉਹੀ ਜਿਹੜੀ ਆਜ਼ਾਦੀ ਮਿਲੀ ਥੋੜ੍ਹੀ ਬਹੁਤ ਵਿਆਹ ਤੋਂ ਬਾਅਦ ਮਿਲਣੀ ਸ਼ੁਰੂ ਹੋਈ, ਔਰ ਮੈਨੂੰ ਥੋੜ੍ਹੀ ਨਹੀਂ, ਮੈਨੂੰ ਬਹੁਤ ਆਜ਼ਾਦੀ ਮਿਲੀ ਵਿਆਹ ਤੋਂ ਬਾਅਦ। ਜਿਸ ਫੈਮਿਲੀ 'ਚ ਮੇਰਾ ਵਿਆਹ ਹੋਇਆ ਪਹਿਲਾਂ ਮੈਂ ਜੋਬਸ ਕੀਤੀਆਂ, ਬੱਚੇ ਪੈਦਾ ਕੀਤੇ, ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਦੇ ਸ਼ੌਂਕ ਸੀਗਾ ਕਿ ਮੈਂ ਰਾਜਨੀਤੀ ਦੇ ਵਿੱਚ ਆਵਾਂ, ਕਿਉਂਕਿ ਅਸੀਂ ਮਹਿਸੂਸ ਕਰਦੇ ਸੀਗੇ ਕਿ ਪੰਚਕੂਲਾ ਵਰਗੇ ਸ਼ਹਿਰ ਦੇ ਵਿੱਚ ਬਹੁਤ ਸਮੱਸਿਆਵਾਂ ਨੇ ਤੇ ਲੋਕੀ ਕੰਮ ਕਰਾਉਣਾ ਚਾਹੁੰਦੇ ਨਹੀਂ, ਕੰਮ ਹੋ ਸਕਦੇ ਨੇ, ਤੇ ਉਸ ਹਾਸੇ ਨੂੰ ਲੈ ਕੇ ਕਿਸੇ ਕੰਮ ਪਿੱਛੇ ਕਿਸੇ ਨਾਲ ਬਹਿਸ ਕਹਿਸ ਕਹਾ ਸੁਣੀ ਹੋਈ, ਤੇ ਉਸ ਇੰਸੀਡੈਂਟ ਨੇ ਮੈਨੂੰ ਰਾਜਨੀਤੀ 'ਚ ਉਤਾਰਿਆ। ਮੈਨੇ ਉੱਥੇ ਪਹਿਲਾਂ ਚੋਣ ਲੜਿਆ, ਮੈਂ MC ਦਾ ਚੁਣਾਵ ਲੜੀ, ਮੈਂ ਹਾਰ ਗਈ ਪਰ ਮੈਂ ਘਰ ਨਹੀਂ ਬੈਠੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ 6 ਸਾਲ ਦਾ ਜਿਹੜਾ ਸਫ਼ਰ ਹੈਗਾ, ਮੈਂ ਜ਼ਿਲ੍ਹੇ ਦੀ ਕਮੇਟੀ ਤੋਂ ਲੈ ਕੇ ਮੈਂ ਰਾਸ਼ਟਰੀ ਕਮੇਟੀ ਦੇ ਵਿੱਚ ਅੱਜ ਪਹੁੰਚ ਚੁੱਕੀ ਹਾਂ, ਅਤੇ ਮੈਂ ਸੋਚਦੀ ਹੈਗੀ ਹਾਂ ਕਿ ਇੱਥੇ ਦੀ ਸੋਚ ਅਤੇ ਜਿਹੜੀ ਮਲੇਰਕੋਟਲੇ ਦੀ ਸੋਚ ਸੀ ਉਹ ਅੱਜ ਵੀ ਉਵੇਂ ਹੀ ਹੈ। ਅੱਜ ਵੀ ਜਦੋਂ ਮੈਂ ਮਲੇਰਕੋਟਲੇ ਅਗਰ ਵਾਪਸ ਕਦੇ ਜਾਂਦੀ ਹਾਂ, ਆਪਣੇ ਵਾਪਸ ਸਹੇਲੀਆਂ ਨੂੰ ਮਿਲਦੀ ਹਾਂ, ਆਪਣੇ ਪ੍ਰੋਫੈਸਰਾਂ ਨੂੰ ਮਿਲਦੀ ਹਾਂ, ਉਹ ਹਲੇ ਵੀ ਉਹੀ ਤੰਗ ਗਲੀਆਂ ਅਤੇ ਤੰਗ ਸੋਚ ਹਲੇ ਵੀ ਉੱਥੇ ਹੀ ਪ੍ਰਵੇਲ ਕਰ ਰਹੀ ਹੈ, ਭਾਵੇਂ ਉਸ ਚੀਜ਼ ਨੂੰ ਅੱਜ 18 ਸਾਲ ਹੋ ਗਏ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਚੇਂਜਿਸ ਆਉਣਗੇ। ਜਦੋਂ ਆਰਕਸ਼ਨ ਦੀ ਗੱਲ ਹੁੰਦੀ ਹੈ, ਮਹਿਲਾਵਾਂ ਨੂੰ ਆਰਕਸ਼ਨ ਮਿਲਣ ਦੀ ਗੱਲ ਹੁੰਦੀ ਹੈ, ਅਸੀਂ 33 ਲੱਖ ਸਿਗਨੇਚਰ ਕਰਾ ਕੇ ਬੀਇੰਗ ਫਰੋਮ ਮਹਿਲਾ ਕਾਂਗਰਸ ਅਸੀਂ ਰਾਸ਼ਟਰਪਤੀ ਜੀ ਨੂੰ ਸੌਂਪਿਆ, ਅੱਜ 33% ਆਰਕਸ਼ਨ ਬਿੱਲ ਦੇ ਉੱਪਰ ਕੁੰਡਲੀ ਮਾਰ ਕੇ ਮੋਦੀ ਸਾਹਿਬ ਬੈਠੇ ਨੇ। ਕਿਉਂ ਉਸ ਬਿੱਲ ਨੂੰ ਪਾਸ ਨਹੀਂ ਕੀਤਾ ਜਾਂਦਾ ਜਦ ਅਸੀਂ ਪੂਰੇ ਦੇਸ਼ ਨੂੰ ਦੇਖਦੇ ਹਾਂ ਤੇ ਸਾਡੀ ਜਿਹੜੀ ਆਬਾਦੀ ਹੈਗੀ ਹੈ ਮਹਿਲਾਵਾਂ ਦੀ ਉਹ 49% ਹੈ, ਔਰ ਜਦੋਂ ਸਾਨੂੰ ਹੱਕ ਮਿਲਣਾ ਹੁੰਦਾ, ਜੇ ਅਸੀਂ ਲੋਕ ਸਭਾ ਦੀ ਗੱਲ ਕਰਦੇ ਹਾਂ ਤਾਂ ਅਸੀਂ 7% ਤੇ ਸਿਮਟ ਜਾਂਦੇ ਹਾਂ, ਜੇ ਅਸੀਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ 9.5% ਤੇ ਸਿਮਟ ਜਾਂਦੇ ਹਾਂ, ਤੇ ਇਹ ਹੱਕ ਸਾਡਾ ਤਦ ਹੀ ਮਿਲੇਗਾ ਜਦੋਂ ਆਰਕਸ਼ਨ ਬਿੱਲ ਪਾਸ ਹੋਏਗਾ। ਔਰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਰਾਹੁਲ ਗਾਂਧੀ ਜੀ ਦਾ, ਜਿੱਥੇ ਵੀ ਉਹਨਾਂ ਦੇ ਆਪਣੀ ਸਟੇਟ ਦੇ ਵਿੱਚ ਸਰਕਾਰ ਬਣੀ ਹੋਈ ਹੈ, ਚਾਹੇ ਉਹ ਪੰਜਾਬ ਹੈ ਚਾਹੇ ਉਹ ਰਾਜਸਥਾਨ ਹੈ, ਹਰ ਜਗ੍ਹਾ ਦੇ ਉੱਪਰ ਆਰਕਸ਼ਨ ਬਿੱਲ ਪਾਸ ਕਰ ਰਹੇ ਨੇ ਤਾਂ ਕਿ ਪਹਿਲ ਕੀਤੀ ਜਾਵੇ, ਕਿਉਂਕਿ ਜਦ ਤੱਕ ਅਸੀਂ ਪਹਿਲ ਨਹੀਂ ਕਰਾਂਗੇ ਤਦ ਤੱਕ ਬਿੱਲ ਪਾਸ ਨਹੀਂ ਕਰਾਂਗੇ, ਤਦ ਤੱਕ ਸਾਡਾ ਹੱਕ ਸਾਨੂੰ ਕੋਈ ਦੇਣ ਨੂੰ ਤਿਆਰ ਨਹੀਂ ਹੋਏਗਾ। ਜੀ ਰਣਜੀਤ ਜੀ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਦੀ ਹਾਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੀਆਂ ਪੜ੍ਹਨਾ ਹੋ ਅਤੇ ਤੁਹਾਨੂੰ ਹੁਣ ਤੱਕ ਕੀ ਕੀ ਮੁਸ਼ਕਿਲਾਂ ਆਈਆਂ ਨੇ, ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਕੀ ਰਿਹਾ? ਦੇਖੋ ਅਸੀਂ 3 ਭੈਣਾਂ ਹੈਗੀਆਂ, ਮੇਰੇ ਤੋਂ 2 ਵੱਡੀਆਂ ਹੈਗੀਆਂ ਨੇ, ਅਗਰ ਮੈਂ ਉਹਨਾਂ ਦੇ ਨਾਲ ਔਰ ਆਪਣੀ ਲਾਈਫ ਦਾ ਕੰਪੈਰੀਜ਼ਨ ਕਰਦੀ ਹਾਂ, ਉਹ ਵੀ ਹਲੇ ਵੀ ਜ਼ਮੀਨ ਅਸਮਾਨ ਦਾ ਫਰਕ ਹੈਗਾ। ਉਹ ਪੰਜਾਬ ਦੇ ਵਿੱਚ, ਇੱਕ ਲੁਧਿਆਣਾ ਮੈਰਿਡ ਹੈ, ਇੱਕ ਪੰਚਕੂਲਾ ਆ ਚੁੱਕੀ ਹੈ, ਪਰ ਸੋਚ ਹਲੇ ਵੀ ਪਰਿਵਾਰ ਦੀ ਹਲੇ ਉਵੇਂ ਹੀ ਹੈ। ਯਾਨੀ ਕਿ ਰਣਜੀਤਾ ਜੀ, ਜਿਹੜਾ ਸ਼ੁਰੂਆਤ ਪਰਿਵਾਰ ਤੋਂ ਹੀ ਹੋ ਗਈ ਸੀ ਜਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਝੱਲਣੀਆਂ ਪੈ ਗਈਆਂ ਸੀ? ਬਿਲਕੁਲ ਝੱਲਣੀਆਂ ਪੈਂਦੀਆਂ ਨੇ, ਔਰ ਇੱਕ ਫੈਮਿਲੀ ਦੇ ਵਿੱਚ ਜਦੋਂ ਬੇਟੀ ਔਰ ਬੇਟੇ ਦੇ ਵਿੱਚ ਥੋੜਾ ਫਰਕ ਤਾਂ ਦੇਖੋ ਜੀ ਜ਼ਰੂਰ ਹੁੰਦਾ ਹੈਗਾ। ਜੋ ਬੇਟਾ ਇਹ ਕਿਉਂ ਨਹੀਂ ਬਦਲੀ ਇਹ ਸਮਾਜ ਦੀ? ਮੈਂ ਤੁਹਾਨੂੰ ਦੱਸਦੀ ਹੈਗੀ ਆ ਜੀ, ਜਦ ਤੱਕ ਮੁੰਡਾ ਨਹੀਂ ਹੋ ਜਾਂਦਾ ਘਰ ਦੇ ਵਿੱਚ ਫੈਮਿਲੀ ਪਲੈਨਿੰਗ ਦੀ ਬ੍ਰੇਕ ਨਹੀਂ ਲੱਗਦੀ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ ਬੱਚਾ ਜੰਮਿਆ ਜਾਂਦਾ ਹੈ, ਕਿ ਜਦੋਂ ਮੁੰਡਾ ਹੁੰਦਾ ਉਹ ਤੋਂ ਬਾਅਦ ਬ੍ਰੇਕ ਲੱਗਦੀ ਹੈ, ਵਰਨਾ ਉਹ ਸੀਰੀਜ਼ ਅੱਗੇ ਵੱਧਦੀ ਜਾਂਦੀ ਹੈ। ਯਾਨੀ ਕਿ ਜੰਮਿਆ ਮੁੰਡੇ ਦੀ ਆਸ 'ਚ ਜਾਂਦਾ ਹੈ, ਚਾਹੇ ਉਹਦੇ ਚੱਕਰ ਦੇ ਵਿੱਚ 4 ਹੋ ਜਾਣ 5 ਕੁੜੀਆਂ ਹੋ ਜਾਣ। ਮੈਂ ਤੀਜੀ ਕੁੜੀ ਹਾਂ, ਮੇਰੇ ਤੋਂ ਬਾਅਦ ਮੁੰਡਾ ਹੋਇਆ, ਮੁੰਡਾ ਹੋਣ ਤੋਂ ਬਾਅਦ ਬ੍ਰੇਕ ਲੱਗਿਆ, ਔਰ ਬਚਪਨ 'ਚ ਨਾਮ ਹੀ ਮੇਰਾ ਰੱਜੀ ਰੱਖਿਆ ਗਿਆ ਵੀ ਰੱਜ ਗਏ ਕੁੜੀਆਂ ਕੋਲੋਂ ਹੁਣ ਹੋਰ ਕੁੜੀ ਨਾ ਹੋ ਜਾਵੇ। ਕੁੜੀਆਂ ਵਾਂਸ਼ ਨੂੰ ਅੱਗੇ ਨਹੀਂ ਤੋੜ ਸਕਦੀਆਂ। ਮੈਂ ਇਹੀ ਤਾਂ ਕਹਿੰਦੀ ਹਾਂ, ਜੋ ਸੋਚ ਹੈ, ਜੋ ਸਾਡੀ ਅੱਜ ਦਾਦੀਆਂ ਘਰ 'ਚ ਬੈਠੀਆਂ ਹੁੰਦੀਆਂ ਨੇ, ਇਹ ਸੋਚ ਉਹਨਾਂ ਦੀ ਬਦਲੇਗੀ ਤਾਂ ਉਹਨਾਂ ਦੀ ਖੁਆਇਸ਼ਾਂ ਬਦਲਣਗੀਆਂ, ਤਾਂ ਹੀ ਅਗਲੀ ਸੋਚ ਆ ਜਿਹੜੀ ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੀ ਕਿ ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਦੀ ਪਿਛਲੇ ਸਾਲ ਇੱਕ ਰਿਪੋਰਟ ਆਈ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਮਹਿਲਾਵਾਂ ਦੇ ਖਿਲਾਫ ਜਿਹੜੇ ਵੀ ਅਪਰਾਧ ਹੋ ਰਹੇ ਨੇ ਉਹ ਵਧੇ ਨੇ, ਤੇ ਉਹਨਾਂ ਦੀ ਰਿਪੋਰਟਿੰਗ ਵੀ ਜਿਹੜੀ ਹੈਗੀ ਉਹ ਵੱਧ ਰਹੀ ਹੈ। ਅੱਜ ਅਸੀਂ ਸੁਰਖੀਆਂ ਜਦ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ ਤਾਂ ਇਦਾਂ ਲੱਗਦਾ ਜਿਵੇਂ ਲਹੂ ਬਾਹਰ ਆ ਰਿਹਾ, ਕਿਤੇ ਬਲਾਤਕਾਰ, ਕਿਤੇ ਛੋਟੀ ਛੋਟੀ ਬੱਚਿਆਂ ਨਾਲ, ਇਹ ਬੜੀ ਆਮ ਜੀ ਗੱਲ ਹੋ ਗਈ। ਬਿਲਕੁਲ, 4 ਮਹੀਨੇ 5 ਮਹੀਨੇ ਜਿਨ੍ਹਾਂ ਨੇ ਹਜੇ ਤੱਕ ਸੰਸਾਰ ਦੇ ਵਿੱਚ ਆਪਣੀਆਂ ਅੱਖਾਂ ਵੀ ਨਹੀਂ ਖੋਲੀਆਂ ਹੁੰਦੀਆਂ, ਉਹਨਾਂ ਦੇ ਨਾਲ ਵੀ ਇੰਨੇ ਘਿਨੌਣੇ ਦੇਖੋ ਅਪਰਾਧ ਹੋ ਰਹੇ ਨੇ। ਤੇ ਜਦ ਅਸੀਂ ਵਕਾਲਤ ਦੀ ਗੱਲ ਕਰਦੇ ਹਾਂ, ਸਾਡੇ ਕੋਲ ਬਹੁਤ ਤਰ੍ਹਾਂ ਦੇ ਕੇਸ ਆਉਂਦੇ ਆ, ਘਰੇਲੂ ਹਿੰਸਾ ਅੱਜ ਵੀ ਹੋ ਰਹੀ ਹੈ। ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਚੀਜ਼ ਸਿਰਫ ਪਿੰਡਾਂ 'ਚ ਹੁੰਦੀ ਹੈ ਜਾਂ ਗਰੀਬ ਤਬਕੇ ਦੇ ਵਿੱਚ ਹੁੰਦੀ ਹੈ, ਨਹੀਂ, ਬਿਲਕੁਲ ਗਲਤ ਗੱਲ ਹੈ। ਇਹ
ਜਿਹੜਾ ਘਰੇਲੂ ਹਿੰਸਾ ਦਾ ਜਿਹੜਾ ਅਪਰਾਧ ਹੈਗਾ ਉਹ ਵੱਡੇ ਘਰਾਂ ਦੇ ਵਿੱਚ ਵੀ ਹੋ ਰਿਹਾ ਹੈ, ਵੱਡੇ ਸ਼ਹਿਰਾਂ ਦੇ ਵਿੱਚ ਵੀ ਹੋ ਰਿਹਾ ਹੈ। ਸਿਰਫ ਸਿਰਫ ਇੱਕ ਮਾਰਨਾ ਪੀਟਣਾ ਜਿਹੜਾ ਹੈਗੀ ਉਹ ਹਿੰਸਾ ਨਹੀਂ ਹੈ, ਕਿਸੇ ਨੂੰ ਮਾਨਸਿਕ ਰੂਪ ਦੇ ਕਾਰਨ ਵੀ ਟੋਰਚਰ ਕਰਨਾ ਵੀ ਇੱਕ ਉਤਪੀੜਨ ਹੈਗਾ। ਮੇਲ ਚਾਈਲਡ ਦੀ ਜਿਵੇਂ ਹੁਣ ਗੱਲ ਹੋ ਰਹੀ ਸੀ ਕਿ ਮੁੰਡਾ ਹੀ ਹੋਣਾ ਚਾਹੀਦਾ, ਉਹਦੇ ਲਈ ਫੋਰਸ ਕਰਨਾ, ਬਾਹਰ ਪੜ੍ਹਨ ਨਾ ਜਾਣ ਦੇਣਾ, ਆਪਣੀ ਪਸੰਦ ਦੀ ਜੋਬ ਨਾ ਕਰਨ ਦੇਣਾ, ਇਹ ਵੀ ਇੱਕ ਘਰੇਲੂ ਹਿੰਸਾ ਹੈਗੀ ਹੈ। ਤੇ ਬਲਾਤਕਾਰ ਤਾਂ ਤੁਸੀਂ ਅੱਜ ਕੱਲ ਆਮ ਗੱਲ ਹੋ ਗਈ ਹੈ, ਮਤਲਬ ਹਰ ਦੂਜੀ ਰਿਪੋਰਟ ਜਿਹੜੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਸੈਕਸ਼ੂਅਲ ਅਬਿਊਜ਼ ਦੀ ਹੁੰਦੀ ਹੈ ਆਲ ਓਵਰ ਇੰਡੀਆ ਦੇ ਵਿੱਚ। ਤੇ ਤੀਜਾ ਜਿਹੜਾ ਇੱਕ ਅਪਰਾਧ ਹੋਰ ਹੈਗਾ, ਵਰਕ ਪਲੇਸ ਦੇ ਉੱਤੇ ਜਿਹੜੀ ਸੈਕਸ਼ੂਅਲ ਹੈਰੇਸਮੈਂਟ ਹੋ ਰਹੀ ਹੈ, ਹਾਲਾਂਕਿ ਕਾਨੂੰਨ ਆ ਗਿਆ ਹੈ 2013 ਦੇ ਵਿੱਚ। ਵੈਸੇ ਤਾਂ 2000 ਦੇ ਵਿੱਚ ਇੱਕ ਵਿਸ਼ਾਖਾ ਜੱਜਮੈਂਟ ਆਈ ਸੀਗੀ ਸੁਪਰੀਮ ਕੋਰਟ ਦੀ, ਤੇ ਉਹਨਾਂ ਨੇ ਕਿਹਾ ਸੀ ਕਿ ਵਰਕ ਪਲੇਸ ਦੇ ਉੱਤੇ ਜਿੱਥੇ ਵੀ 10 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਨੇ ਸੈਕਸ਼ੂਅਲ ਹੈਰੇਸਮੈਂਟ ਦੀ ਕਮੇਟੀ ਹੋਣੀ ਚਾਹੀਦੀ ਹੈ, ਲਾਅ ਹੋਣਾ ਚਾਹੀਦਾ ਹੈ। 2013 ਦੇ ਵਿੱਚ ਉਹ ਕਾਨੂੰਨ ਵੀ ਆਇਆ ਜੀ, ਬਿਲਕੁਲ। ਅਦਿਤੀ ਇਸ ਕਾਨੂੰਨ ਇਸ ਕਾਨੂੰਨ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਤੇ ਸੁਖਮਨੀ ਕੌਰ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ, ਮਹਿਲਾਵਾਂ ਦੇ ਕਿਹੜੇ ਕਿਹੜੇ ਮੁੱਦੇ ਨੇ ਇਸ ਅੱਧੀ ਆਬਾਦੀ ਬਾਰੇ ਚਰਚਾ ਕਰਾਂਗੇ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਸਾਡਾ ਸਵਾਲ ਸਾਡੇ ਹੈ ਕਿ ਕੀ ਕੌਮਾਂਤਰੀ ਮਹਿਲਾ ਦਿਹਾੜਾ ਮਨਾਉਣ ਵਾਲੀਆਂ ਰਸਮਾਂ ਅੱਧੀ ਆਬਾਦੀ ਦੇ ਲਈ ਕੋਈ ਨਵਾਂ ਰਾਹ ਖੋਲਦੀਆਂ ਨੇ, ਕਿ ਸਿਰਫ 8 ਮਾਰਚ ਦਾ ਇੱਕ ਦਿਹਾੜਾ ਜਿਹੜਾ ਐਡੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ, ਉਹ ਬਾਕੀ 364 ਦਿਨ ਜਿਹੜੇ ਹੁੰਦੇ ਨੇ ਔਰਤਾਂ ਦੇ ਲਈ ਉਹ ਕਿਹੜੇ ਰਾਹ ਖੋਲਦੇ ਨੇ, ਚਰਚਾ ਦੇ ਵਿੱਚ ਜੁੜੇ ਹੋਏ ਨੇ ਸਾਡੇ ਨਾਲ ਮਹਿਮਾਨ ਜਿਹੜੇ ਜੁੜੇ ਹੋਏ ਨੇ। ਅਦਿਤੀ ਤੋਂ ਹੀ ਸ਼ੁਰੂ ਕਰਾਂਗੇ, ਅਦਿਤੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਰੋਕਿਆ ਸੀ, ਉਹ ਆਪਣੀ ਗੱਲ ਤੁਸੀਂ ਜਿਹੜੀ ਆ ਅੱਗੇ ਕੰਟੀਨਿਊ ਕਰ ਸਕਦੇ ਹੋ। ਮੈਂ ਇਹੀ ਕਹਿ ਰਹੀ ਸੀ ਕਿ ਸਭ ਤੋਂ ਪਹਿਲਾਂ ਤਾਂ ਅੱਜ ਵੀ ਜਿਹੜੀ ਔਰਤ ਹੈਗੀ ਹੈ ਉਹ ਲਾਸਟ ਕਾਲੋਨੀ ਹੈ ਇਸ ਵਰਲਡ ਦੇ ਵਿੱਚ, ਯਾਨੀ ਕਿ ਗੁਲਾਮੀ ਹਜੇ ਵੀ ਅਸੀਂ ਗੁਲਾਮ ਨੇ, ਅਸੀਂ ਸੰਘਰਸ਼ ਕਰਨੇ ਆਪਣੇ ਹੱਕਾਂ ਦੀ ਲੜਾਈ ਲਈ। ਲੋਕੀ ਪੁੱਛਦੇ ਕਿ ਕਿਉਂ ਮਨਾ ਰਹੇ ਹੋ ਵਿਮੈਨਸ ਡੇ ਦਾ ਦਿਹਾੜਾ, ਕਿਉਂ ਮਨਾਇਆ ਜਾ ਰਿਹਾ ਹੈ ਸਾਰੇ ਵਿਸ਼ਵ ਦੇ ਉੱਤੇ, ਕਿ ਮਰਦਾਂ ਲਈ ਕੁਛ ਕਿਉਂ ਨਹੀਂ ਹੋ ਰਿਹਾ, ਜਾਂ ਉਹਨਾਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਹੋ ਰਹੀ, ਉਹਨਾਂ ਲਈ ਕੋਈ ਦਿਨ ਕਿਉਂ ਨਹੀਂ ਹੈਗਾ? ਉਹ ਇਸ ਲਈ ਨਹੀਂ ਹੈਗਾ ਕਿਉਂਕਿ ਅੱਜ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਆਪਣੇ ਹੱਕਾਂ ਲਈ, ਅੱਜ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਕਿ ਸਾਨੂੰ ਇਕੁਅਲ ਪੇ ਫੋਰ ਇਕੁਅਲ ਵਰਕ ਮਿਲੇ, ਅੱਜ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰ ਸਕੀਏ, ਆਪਣੀ ਮਰਜ਼ੀ ਦੇ ਨਾਲ ਕਿਸੇ ਪ੍ਰੋਫੈਸ਼ਨ ਨੂੰ ਚੁਣ ਸਕੀਏ, ਅਸੀਂ ਵਿਆਹ ਕਰਾਉਣਾ ਹੈ ਨਹੀਂ ਕਰਾਉਣਾ, ਬੱਚੇ ਪੈਦਾ ਕਰਨੇ ਨਹੀਂ ਕਰਨੇ, ਤੇ ਸਾਡੀ ਰਾਜਨੀਤਿਕ ਜਾਂ ਫਿਰ ਸਮਾਜਿਕ ਮੁੱਦਿਆਂ ਦੇ ਉੱਤੇ ਸਾਡੀ ਕੀ ਸੋਚ ਹੈ, ਸਾਡੇ ਕੀ ਵਿਚਾਰ ਨੇ, ਉਹਦੇ ਵਿੱਚ ਸਾਡਾ ਆਪਣਾ ਹੱਕ ਹੋਵੇ, ਸਾਡੀ ਆਪਣੀ ਮਤ ਹੋਵੇ। ਅਸੀਂ ਦੇਸ਼ ਗੁਲਾਮੀ ਤੋਂ ਤਾਂ ਆਜ਼ਾਦ ਹੋ ਗਿਆ, ਪਰ ਮਹਿਲਾਵਾਂ ਨੂੰ ਉਹ ਗੁਲਾਮੀ ਜਿਹੜੀ ਆ ਅਜੇ ਤੱਕ ਝੱਲਣੀ ਪੈ ਰਹੀ ਹੈ। ਬਿਲਕੁਲ, ਅਸੀਂ ਅੱਜ ਵੀ ਗੁਲਾਮ ਨੇ, ਤੁਸੀਂ ਦੇਖੋਗੇ ਤੇ ਇਹਦਾ ਕਾਰਨ ਕੀ ਹੈ, ਕਾਰਨ ਹੈਗਾ ਪੁਰਸ਼ ਪ੍ਰਧਾਨ ਸਮਾਜ। ਅੱਜ ਵੀ ਜਿਹੜਾ ਸਮਾਜ ਹੈਗਾ ਉਹ ਇਹੀ ਸੋਚਦਾ ਹੈ ਕਿ ਇੱਕ ਔਰਤ ਤੇ ਇੱਕ ਮਰਦ ਦੇ ਵਿੱਚ ਡਿਫਰੈਂਸ ਹੈਗਾ। ਤੇ ਇੱਕ ਗੱਲ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਐਜ਼ ਪੈਨਲਿਸਟ ਜਾਂ ਫਿਰ ਐਜ਼ ਸਮਾਜਿਕ ਕਰਤਾ ਅਸੀਂ ਕਿਸੇ ਵੀ ਫੀਲਡ 'ਚ ਭਾਵੇਂ ਹੈਗੇ ਹਾਂ, ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜੇ ਔਰਤਾਂ ਨੇ ਆਸ ਛੱਡਤੀ ਕਿ ਇਸ ਸਮਾਜ 'ਚ ਬਦਲਾਵ ਨਹੀਂ ਆ ਸਕਦਾ, ਅਸੀਂ ਕਦੇ ਵੀ ਬਰਾਬਰੀ ਦਾ ਹੱਕ ਨਹੀਂ ਇੱਥੇ ਕਮਾ ਸਕਦੇ, ਫਿਰ ਤਾਂ ਇਸ ਸਮਾਜ ਦਾ ਦੇਖੋ ਕੁਛ ਵੀ ਨਹੀਂ ਹੋਏਗਾ। ਬੀ ਆਰ ਅੰਬੇਦਕਰ ਨੇ ਬਹੁਤ ਵਧੀਆ ਗੱਲ ਕਹੀ ਸੀ ਕਿ ਜੇ ਤੁਸੀਂ ਕਿਸੇ ਸਮਾਜ ਦੀ ਪ੍ਰੋਗਰੈਸ ਦੇਖਣੀ ਹੈ, ਤਰੱਕੀ ਦੇਖਣੀ ਹੈ, ਤੇ ਉਸ ਸਮਾਜ ਦੇ ਵਿੱਚ ਔਰਤਾਂ ਦਾ ਕੀ ਹਾਲ ਹੈ, ਔਰਤਾਂ ਨੂੰ ਕੀ ਹੱਕ ਦਿੱਤੇ ਜਾਂਦੇ ਨੇ, ਉਹਨਾਂ ਨੂੰ ਪਰਖੋ ਪਹਿਲਾਂ। ਜੀ ਬਿਲਕੁਲ। ਸੁਖਮਨੀ ਜੀ, ਤੁਸੀਂ ਹਿਸਟੋਰੀਅਨ ਹੋ, ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਇਤਿਹਾਸ ਤਾਂ ਸਾਡਾ ਬਹੁਤ ਪੁਰਾਣਾ, ਪਰ ਜੇ ਔਰਤਾਂ ਦੇ ਇਤਿਹਾਸ ਦੀ ਗੱਲ ਕਰੀਏ ਤੇ ਤੁਸੀਂ ਆਪਣੇ ਸਮੇਂ ਦੇ ਵਿੱਚ ਦੱਸੋ ਕਿ ਇਤਿਹਾਸ ਤੋਂ ਲੈ ਕੇ ਵਰਤਮਾਨ ਆ ਗਿਆ ਹੈ, ਔਰਤਾਂ ਦੇ ਵਿੱਚ ਕੀ ਬਦਲਾਵ ਆਇਆ ਹੈ, ਉਹਨਾਂ ਦੇ ਇਤਿਹਾਸ ਦੇ ਵਿੱਚ ਕਿੰਨਾ ਕੁ ਬਦਲਾਵ ਆਇਆ ਹੈ? ਦੇਖੋ ਜੀ, ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖੀਏ ਤੇ 1970 ਜਦੋਂ ਕਿ UN ਨੇ ਡਿਕਲੇਅਰ ਕੀਤਾ ਕਿ ਇੰਟਰਨੈਸ਼ਨਲ ਵਿਮੈਨਸ ਈਅਰ ਡੇ ਮਨਾਈਏ ਔਨ 8th of March, ਤੇ ਉਸ ਤੋਂ ਬਾਅਦ ਉਹਨਾਂ ਨੇ ਡਿਕੇਡ ਹੀ ਮਨਾਇਆ ਪੂਰਾ 10 ਸਾਲ ਦਾ ਪੀਰੀਅਡ। ਸੋ ਉਹਦੇ ਵਿੱਚ ਬੜੀ ਅਵੇਅਰਨੈਸ ਆਈ ਦੁਨੀਆਂ ਦੇ, ਜੇ ਅਸੀਂ ਉਸ ਵੇ ਦੇ ਨਾਲ ਦੇਖੀਏ, ਨਜ਼ਰੀਏ ਨਾਲ ਦੇਖੀਏ। ਸੋ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਐਕਚੁਅਲੀ ਜਦੋਂ ਆਪਾਂ ਨੈਸ਼ਨਲ ਸਟਰਗਲ ਕਰ ਰਹੇ ਸੀ ਐਜ਼ ਅ ਨੇਸ਼ਨ ਖੜੇ ਹੋਣ ਦੀ, ਜਿਹੜੀ ਜਦੋਂ ਜਹਿਦ ਅਸੀਂ ਅੰਗਰੇਜ਼ਾਂ ਦੇ ਉਲਟ ਲੜਾਈ ਲੜੀ, ਜਿਹਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਬਹੁਤ ਜ਼ਿਆਦਾ ਪਾਰਟੀਸਪੇਸ਼ਨ ਹੈ, ਉਹੀ ਓ ਇੱਕ ਬੋਡੀ ਸੀ ਜਿਹੜੀ ਲੜ ਰਹੀ ਸੀ। ਉਹਦੇ ਵਿੱਚ ਅਸੀਂ ਦੇਖਦੇ ਹਾਂ ਇਤਿਹਾਸ ਦੇ ਪੱਖੋਂ, ਇਹ ਐਕਚੁਅਲੀ 1930 ਦੇ ਵਿੱਚ ਜਦ ਗਾਂਧੀ ਜੀ ਨੇ ਸਾਲਟ ਸੱਤਿਆਗ੍ਰਹਿ ਕੀਤਾ, ਉਦੋਂ ਔਰਤਾਂ ਦੀ ਪਾਰਟੀਸਪੇਸ਼ਨ ਉਹਨਾਂ ਨੇ ਕਾਫੀ ਜ਼ਿਆਦਾ ਇਹਨੂੰ ਜਦੋਂ ਜਹਿਦ ਦਿੱਤੀ ਕਿ ਦੇ ਕੈਨ ਪਾਰਟੀਸਪੇਟ, ਉਹ ਅੱਗੇ ਆ ਸਕਦੀਆਂ। ਪਰ ਈਵਨ ਹੀ ਡਿਡ ਨਾਟ ਟੇਕ ਦੈਮ, ਜਦੋਂ ਇਹਨਾਂ ਨੇ ਡੰਡੀ ਮਾਰਚ ਦੇ ਵਿੱਚ ਡਿਸਾਈਡ ਕੀਤਾ ਕਿ ਕਿੰਨੇ ਪਾਰਟੀਸਪੇਟ ਕਰਨਗੇ, ਬਟ
दूसरे पासे उन्हां नूं खड़े करिया जरूर सारियां थावां दे उत्ते कि तुसी इन्हां नूं इनकरेज करना सो उन्हां ने ओयो सी जिन्हां ने सॉल्ट सत्याग्रह दे विच अपने घरां दे विच जिहड़ा टैक्स लगदा सी सॉल्ट दे उत्ते ओह उन्हां ने कंज्यूम करना बंद कर दिता सो हौली हौली ਇਹਨਾਂ ਦੀ ਪਾਰਟੀਸੀਪੇਸ਼ਨ ਇਨਫੈਕਟ ਸਰੋਜਨੀ ਨਾਇਡੂ ਵੀ ਸਟਿਲ ਰਿਮੈਂਬਰ ਕਿ ਬਹੁਤ ਜ਼ਿਆਦਾ ਪਾਰਟੀਸੀਪੇਸ਼ਨ ਹੈ ਫਿਰ ਹੌਲੀ ਹੌਲੀ ਔਰਤ ਘਰੋਂ ਬਾਹਰ ਨਿਕਲੀ ਅਤੇ 47 ਦੇ ਵਿੱਚ 42 ਦੇ ਵਿੱਚ ਵੀ ਬਹੁਤ ਜ਼ਿਆਦਾ ਬੰਗਾਲ ਦੇ ਵਿੱਚ ਐਕਚੁਲੀ ਜਿਹੜੀ ਰੈਵੋਲਿਊਸ਼ਨਰੀ ਮੂਵਮੈਂਟ ਸੀ ਉਹਦੇ ਵਿੱਚ ਇਹਨਾਂ ਨੇ ਮੈਕਸੀਮਮ ਹਿੱਸਾ ਲਿਆ ਜੀ ਸੁਖਮਨੀ ਜੀ ਇਤਿਹਾਸ ਦੇ ਵਿੱਚ ਘੂਰੀ ਸੀਗੀ ਮਜਬੂਰੀ ਸੀ ਤੁਸੀਂ ਹਿਸਟੋਰੀਅਨ ਹੋ ਅੱਜ ਕੀ ਬਦਲਿਆ ਸਮਾਜ ਦੇ ਵਿੱਚ ਔਰਤਾਂ ਦੇ ਅੱਜ ਵੀ ਨਿਕਲੀ ਤਾਂ ਹੈ ਘਰੋਂ ਬਾਹਰ ਇਨ ਪ੍ਰੈਜ਼ੈਂਟ ਡੇ ਇੰਡੀਆ ਉਹਦਾ ਕਾਫੀ ਬਦਲਾਅ ਆਇਆ ਹੈਗਾ ਚਲੋ ਅਸੀਂ ਇਸ ਗੱਲ ਨੂੰ ਡਿਨਾਈ ਤਾਂ ਨਹੀਂ ਕਰ ਸਕਦੇ ਕਿ ਬਦਲਾਵ ਹੋਇਆ ਹੈ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਸ਼ੱਕ ਨਹੀਂ ਹੈ ਬਦਲਾਵ ਤਾਂ ਹੋਇਆ ਹੈ ਪਰ ਪੂਰਨ ਤੌਰ ਤੇ ਜਿਹੜੀ ਸੁਰੱਖਿਆ ਹੈ ਉਹ ਕਦੋਂ ਮਿਲੇਗੀ ਇਹ ਤਾਂ ਜੀ ਇਟ ਇਜ਼ ਐਮਪਾਵਰਮੈਂਟ ਅਤੇ ਉਹਨੂੰ ਐਜੂਕੇਸ਼ਨ ਦੇ ਨਾਲ ਹੀ ਮਿਲੂਗੀ ਇਟਸ ਵਿਦਆਊਟ ਐਜੂਕੇਸ਼ਨ ਮੇਰਾ ਨਹੀਂ ਖਿਆਲ ਦੇ ਕੈਨ ਅਚੀਵ ਯਾਨੀ ਕਿ ਤੁਸੀਂ ਮੰਨਦੇ ਹੋ ਕਿ ਜਿੱਥੇ ਪੂਰੀ ਤਰ੍ਹਾਂ ਐਜੂਕੇਸ਼ਨ ਹੈ ਉੱਥੇ ਮਹਿਲਾਵਾਂ ਸੁਰੱਖਿਅਤ ਨੇ ਥੋੜ੍ਹਾ ਜਿਹਾ ਤਾਂ ਫਰਕ ਹੈ ਕਿਉਂਕਿ ਉਹ ਅਵੇਅਰ ਹੈਗੀ ਉਹ ਆਪਣੇ ਆਪ ਦੀ ਪ੍ਰੋਟੈਕਸ਼ਨ ਦੇ ਬਾਰੇ ਵੀ ਸ਼ੀ ਇਜ਼ ਗੈਟਿੰਗ ਅਵੇਅਰ ਔਰ ਉਹ ਪਾਰਟੀਸੀਪੇਟ ਕਰਦੀ ਆ ਇਹਨੂੰ ਇਹ ਨਹੀਂ ਹੈ ਕਿ ਇੰਨਾ ਮਾੜਾ ਹਾਲ ਆ ਕਿ ਅਸੀਂ ਕਰ ਨਹੀਂ ਸਕਦੇ ਕੁਛ ਬਿਲਕੁਲ ਅੱਗੇ ਆ ਕੇ ਕਰਨਾ ਜੇ ਚਾਹੁਣ ਆਪਣੀਆਂ ਬੋਡੀ ਸਟਰੈਂਥਨ ਕਰਨ ਤੇ ਡੈਫੀਨੇਟਲੀ ਕਰ ਸਕਦੇ ਬਿਲਕੁਲ ਜੀ ਜਦੋਂ ਵੀ ਗੱਲ ਆਉਂਦੀ ਹੈ ਕਿਸੇ ਵੀ ਚੀਜ਼ ਦੀ ਤੇ ਅਨਪੜ੍ਹਤਾ ਜਿਹੜੀ ਹੈ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਸਭ ਤੋਂ ਵੱਡੀ ਸਮੱਸਿਆ ਬਣਦੀ ਹੈ ਅਤੇ ਸਮਾਜ ਦੇ ਵਿੱਚੋਂ ਜਿਹੜੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਬੇਟੀ ਬਚਾਓ ਉਹ ਮੈਨੂੰ ਲੱਗਦਾ ਕਿ ਬੇਟੀ ਬਚਾਉਣ ਦੀ ਨੌਬਤ ਹੀ ਨਹੀਂ ਆਏਗੀ ਜੇਕਰ ਬੇਟਿਆਂ ਨੂੰ ਹੀ ਜਿਹੜਾ ਐਜੂਕੇਟ ਕਰ ਦਿੱਤਾ ਜਾਵੇ ਕਿਉਂ ਸੁਖੀ ਬਰਾੜ ਜੀ ਬਿਲਕੁਲ ਠੀਕ ਹੈ ਜੀ ਇਹ ਸਾਡੇ ਬਹੁਤ ਵਧੀਆ ਇਹਨਾਂ ਨੇ ਤਿੰਨਾਂ ਨੇ ਮੇਰੇ ਜੋ ਸਾਥੀ ਆਏ ਨੇ ਬਹੁਤ ਵਧੀਆ ਵਿਚਾਰ ਦਿੱਤੇ ਪਰ ਮੈਂ ਅਜੇ ਵੀ ਕਹਿੰਦੀ ਹਾਂ ਜਿਹੜੀ ਅਸਲੀਅਤ ਇਹ ਹੈ ਹਜੇ ਵੀ ਬਹੁਤ ਵੱਡਾ ਫਰਕ ਹੈ ਜਿੱਥੋਂ ਤੱਕ ਤੁਸੀਂ ਸਿਕਿਉਰਿਟੀ ਦੀ ਗੱਲ ਕਰਦੇ ਹੋ ਔਰਤਾਂ ਦੀ ਸਿਕਿਉਰਿਟੀ ਦੀ ਗੱਲ ਕਰਦੇ ਮੇਰਾ ਖਿਆਲ ਹਜੇ ਵੀ ਇੰਡੀਆ 'ਚ ਅਜੇ ਕੋਈ ਸਿਕਿਉਰਿਟੀ ਸਿਸਟਮ ਔਰਤਾਂ ਲਈ ਨਹੀਂ ਹੈ ਮੈਨੂੰ ਲੱਗਦਾ ਕਿ ਹਜੇ ਵੀ ਸਾਨੂੰ 7 ਵਜੇ ਤੋਂ ਬਾਅਦ ਘਰ ਨਿਕਲਣ ਤੋਂ ਪਹਿਲਾਂ ਘੜੀ ਦੇਖਣੀ ਪੈਂਦੀ ਹੈ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਕਿਸੇ ਵੱਡੇ ਲੀਡਰ ਦੀ ਕੁੜੀ ਫੜ ਕੇ ਬਲਾਤਕਾਰ ਨਹੀਂ ਨਾ ਹੁੰਦਾ ਉਹਨਾਂ ਚਿਰ ਇਹ ਬੰਦ ਨਹੀਂ ਹੁੰਦਾ ਕਿਉਂਕਿ ਉਹ ਤਾਂ ਸੇਫ ਨੇ ਜਿਹੜਾ ਗਰੀਬ ਤਬਕਾ ਜਿਹੜੀਆਂ ਬੱਸਾਂ 'ਚ ਜਾਂਦੀਆਂ ਕੁੜੀਆਂ ਜਿਹੜੀਆਂ ਜਿਹਨਾਂ ਕੋਲ ਗਨਮੈਨ ਨਹੀਂ ਹੈ ਜਿਹੜੀਆਂ ਆਮ ਤਬਕਾ ਸਾਡੇ ਵਰਗਾ ਜਿੰਨਾ ਚਿਰ ਉਹ ਨਹੀਂ ਸੇਫ ਜਿੰਨਾ ਚਿਰ ਉਹ ਸੇਫ ਨਹੀਂ ਹੁੰਦੀਆਂ ਉਹਨਾਂ ਚਿਰ ਵੱਡੇ ਲੈਵਲ 'ਤੇ ਸੇਫਟੀ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਅਨਪੜ੍ਹ ਲੀਡਰ ਨੇ ਜਿੰਨਾ ਚਿਰ ਯੰਗ ਜਨਰੇਸ਼ਨ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਂਦੇ ਯੰਗ ਬੱਚੇ ਯੰਗ ਕੁੜੀਆਂ ਕੁਆਲੀਫਿਕੇਸ਼ਨ ਹੀ ਨਿਰਧਾਰਿਤ ਹੋ ਜਾਂਦੀ ਫਿਕਸ ਵੀ ਜੇ ਕਿਸੇ ਨੇ ਵੋਟਾਂ ਲਈ ਖੜੇ ਹੋਣਾ ਤਾਂ ਇੰਨੇ ਤੋਂ ਘੱਟ ਖੜੇ ਨਾ ਹੋਏ ਯੰਗ ਬਲੱਡ ਲਿਆਓ ਉਹੀ 80-80 ਸਾਲ ਦੇ ਲੋਕਾਂ ਨੂੰ ਤੁਸੀਂ ਘਸੇ ਪੱਟੇ ਖਿਆਲ ਉਹਨਾਂ ਦੇ ਉਹੀ ਪੁਰਾਣੇ ਖਿਆਲ ਉਹਨਾਂ ਨੂੰ ਅੱਗੇ ਲਏ ਉਹਨਾਂ ਨੇ ਕੀ ਸਿਕਿਉਰਿਟੀ ਦੀ ਗੱਲ ਕਰਨੀ ਹੈ ਉਹਨਾਂ ਨੇ ਉਹੀ ਸੋਚ ਲੈਣੀ ਜਿਹੜੀ 80 ਸਾਲ ਪਹਿਲਾਂ ਪੁਰਾਣੇ ਆਪਦੇ ਦਾਦੇ ਪੜਦਾਦੇ ਤੋਂ ਉਹਨਾਂ ਨੇ ਸਿੱਖੀ ਯਾਨੀ ਕਿ ਉਮਰ ਵੀ ਨਿਰਧਾਰਿਤ ਹੋਣੀ ਚਾਹੀਦੀ ਹੈ ਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਨਿਰਧਾਰਿਤ ਹੋਣੀ ਚਾਹੀਦੀ ਹੈ ਇਸ ਉਮਰ ਤੋਂ ਬਾਅਦ ਤੁਸੀਂ ਆਪਣਾ ਸਿਆਸਤ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਨਹੀਂ ਸਕਦੇ ਤਾਂ ਜੋ ਨਵੇਂ ਖੂਨ ਨੂੰ ਮੌਕਾ ਮਿਲੇ ਕੁਲਦੀਪ ਇਹਨਾਂ ਨੇ ਗੱਲ ਕੀਤੀ ਬਾਹਰ ਜਾਣ ਦੀ ਤੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਤੁਸੀਂ ਅਕਸਰ ਮੈਨੂੰ ਪਤਾ ਹੈ ਕਿ ਰੋਜ਼ ਸ਼ਾਮ ਨੂੰ ਜਿਹੜਾ ਟਰੈਵਲ ਕਰਦੇ ਹੋ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਕੁੜੀ ਹੋਣ ਦੇ ਨਾਤੇ ਸ਼ਾਮ ਨੂੰ ਜਦੋਂ ਬਾਹਰ ਨਿਕਲਦੇ ਹੋ ਕੀ ਕੁਝ ਵਾਪਰਦਾ ਹੈ ਬਿਲਕੁਲ ਅੰਮ੍ਰਿਤ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਆਉਂਦਾ ਤੇ ਕੈਬ ਕਰਦੇ ਆ ਕੈਬ ਦੇ ਵਿੱਚ ਵੀ ਅੱਜ ਕੱਲ ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ ਮੈਨੂੰ ਖੁਦ ਨੂੰ ਬਹੁਤ ਡਰ ਲੱਗਦਾ ਬਾਹਰ ਨਿਕਲਣ ਨੂੰ ਤੇ ਇਹ ਕੀ ਲੱਗਦਾ ਹੈ ਕਿ ਇਸ ਅਸੁਰੱਖਿਆ ਦਾ ਕਾਰਨ ਕੀ ਹੈ ਜਿਹੜੀਆਂ ਮੁਹਿੰਮਾਂ ਚਲਾਈਆਂ ਨੇ ਸਰਕਾਰ ਵੱਲੋਂ ਉਹਨਾਂ ਦੀ ਜ਼ਮੀਨੀ ਹਕੀਕਤ ਕੀ ਹੈ ਚਲੋ ਸਰਕਾਰਾਂ ਦੀਆਂ ਸਿਰਫ ਇਹ ਬਿਆਨਬਾਜ਼ੀਆਂ ਹੁੰਦੀਆਂ ਨੇ ਜ਼ਮੀਨੀ ਪੱਧਰ ਤੇ ਇਹਨਾਂ ਨੂੰ ਬਿਲਕੁਲ ਵੀ ਕਦੇ ਵੀ ਨਹੀਂ ਉਤਾਰਿਆ ਜਾਂਦਾ ਸਿਰਫ ਇਹ ਚੰਦ ਵੋਟਾਂ ਦੇ ਲਈ ਸਿਰਫ ਇਹ ਬਿਆਨ ਦੇ ਕੇ ਸਟੇਜਾਂ ਨੂੰ ਖੜ ਕੇ ਚਲੇ ਜਾਂਦੇ ਤੁਹਾਨੂੰ ਅੱਜ ਦੀ ਇਹਦੀ ਐਗਜ਼ਾਮਪਲ ਐਡ ਕਰਨਾ ਚਾਹਾਂਗੀ ਤੁਸੀਂ ਉਹਨੇ ਪੁੱਛਿਆ ਕਿ ਕਿੰਨੀ ਉਮਰ ਹੋਣੀ ਚਾਹੀਦੀ ਹੈ ਜਾਂ ਐਜੂਕੇਸ਼ਨ ਡਿਸਾਈਡ ਹੋਣੀ ਚਾਹੀਦੀ ਹੈ ਸਾਡੀ ਅਸੀਂ ਚੰਡੀਗੜ੍ਹ 'ਚ ਅੱਜ ਬੈਠੇ ਹਾਂ ਚੰਡੀਗੜ੍ਹ ਦੀ ਸਾਂਸਦ ਦਾ ਤੁਹਾਨੂੰ ਬਿਆਨ ਯਾਦ ਹੋਏਗਾ ਜਦੋਂ ਇੱਕ ਬੱਚੀ ਦਾ ਬਲਾਤਕਾਰ ਹੋਇਆ ਸੀ ਤਾਂ ਉਹਨੂੰ ਆਟੋ ਦੇ ਵਿੱਚ ਬੈਠ ਰਹੇ ਮਤਲਬ ਅਗਵਾ ਕਰਕੇ ਲੈ ਗਏ ਸੀਗੇ ਤਾਂ ਉਹਨਾਂ ਦੇ ਬਿਆਨ ਆਇਆ ਸੀਗਾ ਕਿ ਉਹ ਆਟੋ ਵਿੱਚ ਬੈਠੇ ਕਿਉਂ ਜਿਹਦੇ ਵਿੱਚ ਦੋ ਆਦਮੀ ਬੈਠੇ ਸੀ ਇਹ ਤੁਹਾਨੂੰ ਦੇਖੋ ਕਿ ਅਗਰ ਐਮਪੀ ਦੀ ਸੋਚ ਇਹ ਹੈਗੀ ਹੈ ਤੁਸੀਂ ਕਿੱਥੋਂ ਸੁਰੱਖਿਆ ਪ੍ਰਦਾਨ ਕਰ ਦੋਗੇ ਮਤਲਬ ਯਾਨੀ ਕਿ ਆਟੋ ਦੇ ਵਿੱਚ ਬੈਠਣ ਤੋਂ ਪਹਿਲਾਂ ਤੁਹਾਨੂੰ ਦੇਖਣਾ ਪਵੇਗਾ ਕਿ ਮੈਨੂੰ ਖਾਲੀ ਆਟੋ ਮਿਲੇ ਤੇ ਉਸ ਤੋਂ ਬਾਅਦ ਹੀ ਮੈਂ ਆਟੋ ਦੇ ਵਿੱਚ ਸਵਾਰ ਹੋਵਾਂ ਇਹ ਦੇਖੋ ਕਿ ਅਗਰ ਅਗਰ ਸੰਸਦ ਇਹ ਬਿਆਨ ਦਿੰਦੀ ਹੈ ਬੀਂਗ ਮਹਿਲਾ ਹੋਣ ਦੇ ਨਾਤੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਬੱਚੇ ਨੂੰ ਸੁਰੱਖਿਆ ਕਿਵੇਂ ਮਿਲੇਗੀ ਅੱਜ ਜਿਹੜਾ ਤੁਹਾਨੂੰ ਲੇਟੈਸਟ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਵੂਮਨਸ ਨੇ ਮੀ ਟੂ ਤੁਹਾਨੂੰ ਯਾਦ ਹੋਵੇਗਾ ਇੱਕ ਬਹੁਤ ਬੜਾ ਇੱਕ ਕੰਪੇਨ ਚੱਲਿਆ ਸੀਗਾ ਜਿਹਦੇ ਵਿੱਚ
एक मार्च निकाला गया प्रॉपर और 25,000 महिलावां ने बॉम्बे दे विच 20 दिसंबर नूं मार्च 2018 नूं शुरू किया ते 200 शहरां दे विच ते 24 राज्यां दे विचों ओह पूरी यात्रा निकली। रंजिता जी मैं तुहानूं इत्थे रोकना चाहवांगी ते मैं आदित्य जी तों इक क्वेश्चन पुछना चाहवांगी कि तुहाडे कोल रोजाना किन्ने क केस आउंदे ने इस छेड़छाड़ दी महिलावां नाल जो रोजाना सड़क ते जांदियां औरतां नाल छेड़छाड़ हुंदी है ना। एक्चुअली मैनूं लगदा सानूं ईव टीजिंग वी वर्ड हुण यूज करना बंद कर देना चाहिदा क्योंकि ये सिर्फ टीजिंग नहीं रही हुण ये सैक्सुअल हैरेसमेंट हो गई है। पहलां इहदा जिहड़ा सैक्सुअल हैरेसमेंट दा वर्ड सीगा कानून दे विच नहीं सीगा 2013 तों पहलां स्टॉकिंग हुंदा सी पर हुण कानून दे विच बदलाव आया इंडियन पीनल कोड दे विच उहदे विच स्टॉकिंग वी ऐड कीती गई है उहदे विच सैक्सुअल हैरेसमेंट वी ऐड कीती गई है। कोई तुहानूं इदां दे कोई मैसेजेस भेज रहा है तुहाडा कोई पिछा कर रहा है क्योंकि अजकल असीं बहुत ज़्यादा इलैक्ट्रॉनिक मीडिया ते सोशल मीडिया यूज़ करदे हां उहदे उत्ते भी असीं देखदे हां कि उत्थे भी कुड़ियां नूं औरतां नूं टारगेट बनाया जांदा है उह जे कोई किसी भी राजनीतिक कोई गल ਕਰਦੀਆਂ ਨੇ ਤੇ ਉਹਨਾਂ ਨੂੰ ਗਾਲੀ ਗਲੋਚ ਕੀਤੀ ਜਾਂਦੀ ਹੈ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਸ਼ੇਅਰ ਕੀਤੀ ਜਾਂਦੀ ਹੈ ਉਹਦੇ ਲਈ ਵੀ ਹੁਣ ਕਾਨੂੰਨ ਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਹੈਗੀ ਹੈ ਪਰ ਸਾਨੂੰ ਇਹ ਦੇਖਣਾ ਪਏਗਾ ਕਿ ਸਿਰਫ ਕਾਨੂੰਨ ਲਿਆਉਣ ਦੇ ਲਈ ਸਿਰਫ ਕਾਨੂੰਨ ਜੇ ਹੈਗਾ ਤੇ ਉਹਦੇ ਨਾਲ ਕੋਈ ਸੋਲਿਊਸ਼ਨ ਹੋ ਜਾਏਗਾ ਨਹੀਂ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਸੋਚ ਬਦਲਣੀ ਪੈਣੀ ਹੈ ਸਮਾਜ ਨੂੰ ਇਹਦੇ ਲਈ ਕੰਮ ਕਰਨਾ ਪਏਗਾ ਤਾਂ ਹੀ ਕਾਨੂੰਨ ਅਦਿਤੀ ਸੋਚ ਬਦਲੇਗਾ ਕੌਣ मैं उही गल कर रही हूँ कि सिर्फ जे असी कहिए कि राजनीतिक पार्टियां सोच बदलन तो समाज बदल जाएगा नहीं ये नहीं हो सकता मैं ते तुसी सानू सारयां नू ये सोच बदलनी पड़ेगी करो सब तो पहले अपने दादी ते नानी दी सोच बदलनी चाहिए क्योंकि जिवें इन्होंने कहा कि सब तो वध समस्या जिहड़ी आंदी है वह दादियां ते नानियां दी सोच दी आंदी है। बिल्कुल आंदी है जब एक बच्चा पैदा हुंदा है ते मुंडियां नू एक नीला रंग दे दिता जांदा है ते कुड़ियां नू गुलाबी रंग दिता जांदा है कुड़ियां नू बारबी डॉल फड़ाई जांदी है ते मुंडियां नू गन्स दित्तियां जांदियां ने कुड़ियां नू कहा जांदा तुसी स्टापू खेलो घर दे विच चिड़ी छिक्का खेलो ते मुंडियां नू कहा जांदा बाहर जाके क्रिकेट खेलो फुटबॉल खेलो ਉੱਥੋਂ ਅਸੀਂ ਇੱਕ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਹੈ ਅਸੀਂ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਉਹ ਬੰਦ ਕਰਨੀ ਪੈਣੀ ਹੈ ਸਾਨੂੰ ਆਪਣੀ ਕੁੜੀਆਂ ਨੂੰ ਅਸੀਂ ਮੁੰਡਿਆਂ ਵਾਂਗ ਨਹੀਂ ਵੱਡੇ ਕਰਨਾ ਅਸੀਂ ਕੁੜੀਆਂ ਨੂੰ ਇਨਸਾਨਾਂ ਵਾਂਗ ਬੱਚਿਆਂ ਵਾਂਗ ਵੱਡੇ ਕਰਨਾ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇੱਕ ਕੁੜੀ ਇੱਕ ਧੀ ਹੈਗੀ ਹੈ ਮਾਂ ਹੈਗੀ ਹੈ ਬੇਟੀ ਹੈਗੀ ਹੈ ਤਾਂ ਕਰਕੇ ਇਹਦੀ ਸੁਰੱਖਿਆ ਕਰੋ ਤਾਂ ਕਰਕੇ ਇਹਦੀ ਇੱਜ਼ਤ ਕਰੋ ਇੱਕ ਕੁੜੀ ਇੱਕ ਔਰਤ ਇੱਕ ਇਨਸਾਨ ਹੈਗੀ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸਾਨੂੰ ਸਮਝਣੀ ਪਏਗੀ ਸਮਾਜ ਨੂੰ ਆਪ ਦੇ ਅੰਦਰ ਪਰਿਵਾਰਾਂ ਨੂੰ ਆਪ ਦੇ ਅੰਦਰ ਜਿਹੜਾ ਹੈਗਾ ਬਦਲਾਵ ਪਹਿਲਾਂ ਲਿਆਉਣਾ ਪਏਗਾ ਜੀ ਸਪੈਸ਼ਲੀ ਬੰਦਿਆਂ ਨੂੰ। ਫਿਲਹਾਲ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਚਰਚਾ ਜਾਰੀ ਰਹੇਗੀ ਤੇ ਸਾਡਾ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਕੁਮਾਂਤਰੀ ਮਹਿਲਾ ਦਿਹਾੜਾ ਮਨਾਉਣ ਵਾਲੀਆਂ ਰਸਮਾਂ ਅੱਧੀ ਆਬਾਦੀ ਲਈ ਕੋਈ ਨਵਾਂ ਰਾਹ ਖੋਲਦੀਆਂ ਨੇ। ਬਿਲਕੁਲ ਤੁਸੀਂ ਗੱਲ ਕੀਤੀ ਨਵਾਂ ਰਾਹ ਖੋਲਦੀਆਂ ਨੇ ਇਹ ਦਿਹਾੜਾ ਮਨਾਉਣ ਵਾਲੀਆਂ ਕਿਉਂਕਿ ਅੱਜ ਜਿੰਨੇ ਵੀ ਸਾਡੇ ਗੈਸਟ ਬੈਠੇ ਹੋਏ ਨੇ ਇਹ ਵੀ ਸਾਰੇ ਸਵੇਰ ਦੇ ਬਹੁਤ ਸਾਰੇ ਈਵੈਂਟਸ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਹੋ ਕੇ ਗੁਜ਼ਰ ਕੇ ਆਏ ਹੋਣਗੇ ਤੇ ਕੀ ਲੱਗਦਾ ਹੈ ਸੁੱਖੀ ਬਰਾੜ ਜੀ ਕਿ ਸਿਰਫ 8 ਮਾਰਚ ਦਾ ਦਿਨ ਕਾਫੀ ਹੈ ਮਹਿਲਾਵਾਂ ਦੇ ਮੁੱਦਿਆਂ ਦੇ ਉੱਪਰ ਚਰਚਾ ਕਰਨ ਲਈ ਜਾਂ ਫਿਰ ਉਹਨਾਂ ਨੂੰ ਸਨਮਾਨ ਦੇਣ ਦੇ ਲਈ ਜਾਂ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ? ਮੈਂ ਬਿਲਕੁਲ ਇਹੀ ਸੋਚ ਰਹੀ ਸੀ ਕਿ ਸਾਡੇ ਲਈ ਇੱਕ ਦਿਨ ਕਿਉਂ ਹੈ ਕਿਉਂਕਿ ਹਰ ਦਿਨ ਹਰ ਘਰ ਦੇ ਵਿੱਚ ਔਰਤ ਨਾਲ ਹੀ ਸ਼ੁਰੂਆਤ ਹੁੰਦੀ ਹੈ ਜੀ। ਜੇ ਔਰਤ ਹੀ ਨਾ ਹੋਵੇ ਤਾਂ ਬੰਦੇ ਇਕੱਲੇ ਕੁਛ ਨਹੀਂ ਕਰ ਸਕਦੇ। ਚਾਹ ਪਿਆ ਕੇ ਦੇਣੀ ਉਹ ਔਰਤ ਨੇ, ਸਕੂਲ ਬੱਚੇ ਭੇਜਣੇ ਉਹ ਔਰਤ ਨੇ, ਪਰ ਜਿਹੜੀ ਮੈਂ ਇੱਥੇ ਬੈਠੀ ਸੋਚ ਰਹੀ ਸੀ ਕਿ ਸਭ ਤੋਂ ਵੱਡੀ ਜਿਹੜੀ ਇਹਦੇ 'ਚ ਡਰਾਬੈਕ ਹੈ, ਤੁਸੀਂ ਬੱਚੇ ਹੋ ਪੁੱਛਿਆ ਵੀ ਕਿਵੇਂ ਇਹ ਹੋ ਸਕਦਾ, ਸੁਧਾਰ ਕਿਵੇਂ ਹੋ ਸਕਦਾ, ਇਹ ਹਰ ਚੀਜ਼ ਘਰੋਂ ਹੀ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ। ਜਿੱਥੋਂ ਤੱਕ ਮੈਂ ਸੋਚਦੀ ਹਾਂ, ਜਦੋਂ ਫੀਮੇਲ ਫੋਰਟੀਸਾਈਡ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਔਰਤ ਹੀ ਕਹਿੰਦੀ ਹੈ, ਸੱਸ ਕਹਿੰਦੀ ਹੈ ਜਾਂ ਆਪ ਕਹਿੰਦੀ ਹੈ ਵੀ ਚੈੱਕਅਪ ਕਰਾਓ ਮੁੰਡਾ ਕਿ ਕੁੜੀ ਹੈ। ਸੋ ਸਭ ਤੋਂ ਵੱਡੀ ਔਰਤ ਹੀ ਔਰਤ ਦੀ ਦੁਸ਼ਮਣ ਹੈ, ਜੇ ਮੈਂ ਪੰਜਾਬੀ 'ਚ ਕਹਾਂ ਤਾਂ, ਕਿਉਂਕਿ ਫੀਮੇਲ ਫੋਰਟੀਸਾਈਡ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਂ ਦਾ ਹੁੰਦਾ। ਜੇ ਮਾਂ ਚਾਹੇ ਜ਼ਬਰਦਸਤੀ, ਕਿੰਨੀਆਂ ਕਦੇ ਗਰਭਪਾਤ ਹੋਇਆ ਦੇਖਿਆ ਕਦੇ? ਪਹਿਲਾਂ ਆਪ ਕਹਿੰਦੀਆਂ ਵੀ ਦੇਖੋ ਵੀ ਸਾਨੂੰ ਵੀ, ਕਿਉਂਕਿ ਔਰਤ ਹੋ ਕੇ ਔਰਤ ਦੀ ਦੁਸ਼ਮਣਾ ਬਣੀ ਜਾਂਦੀਆਂ। ਜੇ ਆਪਸ 'ਚ ਇਹਨਾਂ ਦਾ ਪਿਆਰ, ਹਰ ਰਿਸ਼ਤੇ ਦਾ ਪਿਆਰ ਹੋ ਜਾਵੇ, ਨੂੰਹ ਸੱਸ ਦਾ ਪਿਆਰ ਹੋ ਜਾਵੇ, ਦਰਾਣੀ ਜਠਾਣੀ ਦਾ ਪਿਆਰ ਹੋ ਜਾਵੇ, ਤਾਂ ਘਰ ਦੇ ਵਿੱਚੋਂ ਹੀ ਆਪਾਂ ਬਹੁਤ ਸੁਧਾਰ ਕਰ ਸਕਦੇ ਹਾਂ, ਕੁੜੀਆਂ ਨੂੰ ਐਜੂਕੇਟ ਕਰ ਸਕਦੇ ਹਾਂ। ਜਿਸ ਤਰ੍ਹਾਂ ਮੈਂ ਹੰਭਲਾ ਮਾਰ ਰਹੀ ਹਾਂ, ਮੈਂ 2 ਲੱਖ ਬੱਚੇ ਇਸ ਵੇਲੇ ਆਪਣੇ ਨਾਲ ਜੋੜ ਚੁੱਕੀ ਹਾਂ। ਬਿਲਕੁਲ ਸੁਖੀ ਜੀ, ਤੁਸੀਂ ਜੁੜੇ ਵੀ ਸੰਗੀਤ ਨਾਲ ਨਹੀਂ ਜੋੜ ਸਕਦੇ, ਜੁੜੇ ਵੀ ਤੁਸੀਂ ਸੰਗੀਤ ਦੇ ਨਾਲ ਹੋਏ ਹੋ। ਪਰ ਜੇਕਰ ਅੱਜ ਦੀ ਗੀਤਕਾਰੀ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਗਾਣਿਆਂ ਦੇ ਵਿੱਚ ਹੀ ਇੰਨੀ ਲੱਚਰਤਾ ਆ ਗਈ ਹੈ, ਖਾਸ ਕਰਕੇ ਕੁੜੀਆਂ ਦੇ ਲਈ ਹੀ ਜਿਹੜੀ ਇੰਨੀ ਲੱਚਰਤਾ ਇਸਤੇਮਾਲ ਕੀਤੀ ਜਾਣ ਲੱਗ ਗਈ ਹੈ ਕਿ ਫਿਰ ਅਸੀਂ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਜ਼ਮੀਨੀ ਹਕੀਕਤ ਤੇ ਕੁੜੀਆਂ ਸੁਰੱਖਿਅਤ ਹੋਣ। ਕੁੜੀ ਜੀ, ਕੁੜੀਆਂ ਦਾ ਜਿਹੜਾ ਫਿਊਚਰ ਹੈ ਸਿੰਗਿੰਗ ਲਾਈਨ ਦੇ ਵਿੱਚ, ਤੁਸੀਂ ਸਮਝਦੇ ਹੋ ਸੁਰੱਖਿਅਤ ਹੈ? ਬਿਲਕੁਲ ਹੀ ਨਹੀਂ, ਮੈਂ ਬਿਲਕੁਲ ਹੀ ਸੇਫ ਨਹੀਂ ਸਮਝਦੀ। ਉਹਨਾਂ ਕੁੜੀਆਂ ਲਈ ਸੁਰੱਖਿਅਤ ਆ ਜਿਨ੍ਹਾਂ ਦੇ ਘਰ ਦੇ ਸਿਕਿਉਰਿਟੀ ਗਾਰਡ ਕਰਨ ਵਾਲੇ ਨੇ, ਅਦਰਵਾਈਜ਼
ਇੰਨੇ ਮਾੜੇ ਹਾਲਾਤ ਨੇ ਫੀਮੇਲ ਸਿੰਗਰਸ ਦੇ, ਇੱਕ ਇੱਕ ਗਾਣੇ ਪਿੱਛੇ ਫੀਮੇਲ ਸਿੰਗਰਸ ਵਿਕ ਜਾਂਦੀਆਂ ਗੀਤਕਾਰਾਂ ਮੂਹਰੇ। ਦਿਲ ਦੀ ਗੱਲ ਦੱਸਾਂ, ਗੀਤਕਾਰ ਐਕਸਪਲੋਇਟ ਕਰ ਰਹੇ ਨੇ, ਪ੍ਰੋਡਿਊਸਰ ਐਕਸਪਲੋਇਟ ਕਰ ਰਹੇ ਨੇ, ਕੰਪਨੀਆਂ ਵਾਲੇ ਕੁੜੀਆਂ ਨੂੰ ਐਕਸਪਲੋਇਟ ਕਰ ਰਹੇ ਨੇ, ਇੰਨਾ ਕੁ ਮਾੜਾ ਹਾਲ ਹੈ। ਆਮ ਸਰੂਟੀ ਸੇ ਮੈਂ ਤਾਂ ਕਹੂੰਗੀ ਵੀ ਕੁੜੀਆਂ ਨੂੰ ਕਿਹਾ, ਮੈਂ ਹਰੇਕ ਨੂੰ ਜਿਹੜੀ ਮੇਰੇ ਕੋਲ ਕੁੜੀ ਆਉਂਦੀ ਹੈ ਵੀ ਗਾਇਕੀ ਤੋਂ ਪਹਿਲਾਂ ਕੁਛ ਹੋਰ ਪ੍ਰੋਫੈਸ਼ਨ ਸਿੱਖ ਲਓ। ਪਰ ਸੁਖਮਨੀ ਜੀ, ਮੇਰਾ ਅਗਲਾ ਸਵਾਲ ਤੁਹਾਨੂੰ ਹੈ ਕਿ ਕੀ ਸਿਰਫ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਸੰਗੀਤ ਦੇ ਮਾਮਲੇ ਦੇ ਵਿੱਚ, ਜਾਂ ਕੀ ਕਿਸੇ ਹੋਰ ਫੀਲਡ ਦੇ ਵਿੱਚ ਇਹ ਸਭ ਕੁਝ ਨਹੀਂ ਬਰਦਾਸ਼ਤ ਕਰਨਾ ਪੈਂਦਾ? ਦੇਖੋ ਜੀ, ਜਿਹੜੇ ਮਤਲਬ ਜਿਹੜੀ ਫੀਲਡ ਦੇ ਵਿੱਚ ਮੈਂ ਆ, ਉੱਥੇ ਐਜੂਕੇਸ਼ਨ ਦੇ ਵਿੱਚ ਇੰਨੀ ਜ਼ਿਆਦਾ ਐਕਸਪਲੋਇਟੇਸ਼ਨ ਨਹੀਂ ਆ, ਪਰ ਫਿਰ ਵੀ ਸਾਡੇ ਜਿਹੜੇ ਹੁਣ ਜਿੱਦਾਂ PhD ਕਰਨੀ ਹੈ ਕਿਸੇ ਬੱਚੇ ਨੇ, ਯੂਨੋ, ਔਰ ਉਹ ਰਜਿਸਟਰ ਹੁੰਦੇ ਆ, ਉਹਨੇ ਕੰਮ ਵੀ ਕਰਨਾ ਆ, ਅਤੇ ਉੱਥੇ ਪ੍ਰੋਬਲਮਸ ਥੋੜੀਆਂ ਥੋੜੀਆਂ, ਯਾਨੀ ਗੱਲ ਉੱਥੇ ਹੀ ਆ ਗਈ ਕਿ ਜਿੱਥੇ ਐਜੂਕੇਸ਼ਨ ਹੈਗੀ ਹੈ ਉੱਥੇ ਇਹ ਸਾਰੀਆਂ ਚੀਜ਼ਾਂ ਥੋੜੀਆਂ ਘੱਟ ਨੇ। ਰਣਜੀਤਾ ਜੀ, ਜਦੋਂ ਗੱਲ ਆਉਂਦੀ ਹੈ ਚਾਹੇ ਬੰਦਿਆਂ ਦੀ ਲੜਾਈ ਦੀ ਗੱਲ ਹੋਵੇ, ਜਾਂ ਫਿਰ ਘਰੇਲੂ ਕੋਈ ਮਸਲਾ ਹੋਵੇ, ਜਾਂ ਫਿਰ ਵੱਡੇ ਪੱਧਰ 'ਤੇ ਕੋਈ ਮਸਲਾ ਹੋਵੇ, ਲੜਾਈ ਚਾਹੇ ਮੁੰਡਿਆਂ ਦੀ ਹੁੰਦੀ ਹੈ, ਬੰਦਿਆਂ 'ਤੇ ਹੁੰਦੀ ਹੈ, ਗਾਲਾਂ ਮਾਂ ਭੈਣ ਦੀਆਂ ਕਿਉਂ ਦਿੱਤੀਆਂ ਜਾਂਦੀਆਂ ਨੇ? ਇਹੀ ਤਾਂ ਫਰਕ ਹੈਗਾ, ਜਿਹੜਾ ਕਿ ਸੋਚ ਬਦਲਣ ਦੀ ਜ਼ਰੂਰਤ ਹੈ ਕਿ ਕੋਈ ਗਾਲ ਬਾਪ ਦੇ ਨਾਮ ਦੇ, ਪੁੱਤ ਦੇ ਨਾਮ 'ਤੇ ਜਾਂ ਭਾਈ ਦੇ ਨਾਮ 'ਤੇ ਤਾਂ ਬਣੀ ਨਹੀਂ, ਸਾਰੀ ਗਾਲਾਂ ਹੀ ਮਹਿਲਾਵਾਂ ਦੇ ਨਾਮ 'ਤੇ ਬਣੀਆਂ ਨੇ, ਕਿਉਂਕਿ ਉਹ ਗਾਲਾਂ ਖਾ ਖਾ ਕੇ ਅੱਜ ਤੱਕ ਵੱਡੀਆਂ ਹੋਈਆਂ। ਇਹ ਸੋਚ ਤਦ ਤੱਕ ਰਹੇਗੀ ਜਦ ਤੱਕ ਅਸੀਂ ਆਪਣਾ ਹੱਕ, ਜਦ ਤੱਕ ਕਲਮ ਜੋ ਹੈ ਇੱਕ ਮਹਿਲਾ ਦੇ ਹੱਥ 'ਚ ਨਹੀਂ ਆ ਜਾਂਦੀ ਜਿਹੜੀ ਕਿ ਐਸੇ ਕਾਨੂੰਨ ਬਣਾਵੇ, ਤਾਂ ਕਿ ਜਿਹੜੇ ਪੁਰਸ਼ ਵੀ ਆ ਉਹ ਚਾਰ ਵਾਰੀ ਸੋਚਣ ਕਿ ਅਸੀਂ ਅਗਰ ਇਹ ਕਰਾਂਗੇ ਤਾਂ ਇਹਦਾ ਇਹ ਅੰਜਾਮ ਹੋਵੇਗਾ। ਹਾਲ ਤੱਕ ਪੁਰਸ਼ ਪ੍ਰਧਾਨ ਦੇਸ਼ ਨੇ ਇੰਨਾ ਸਾਨੂੰ ਹਾਵੀ ਕੀਤਾ, ਸਾਡੇ ਉੱਪਰ ਹਾਵੀ ਕੀਤਾ ਹੋਇਆ ਕਿ ਉਹ ਜੋ ਚਾਹੁੰਦੇ ਨੇ ਅਸੀਂ ਉਹ ਕਰਦੇ ਹਾਂ, ਜੋ ਉਹ ਕਹਿੰਦੇ ਨੇ ਅਸੀਂ ਉਹ ਖਾਂਦੇ ਹਾਂ, ਜੋ ਚਾਹੁੰਦੇ ਨੇ ਅਸੀਂ ਉਹ ਪਾਉਂਦੇ ਹਾਂ। ਸਾਡੇ ਪੈਂਟ ਪਾਉਣ 'ਤੇ ਵੀ ਉਹਨਾਂ ਨੂੰ ਤਕਲੀਫ ਹੈ, ਸਾਡੀ ਨਿਕਰਾਂ ਪਾਉਣ 'ਤੇ ਵੀ ਉਹਨਾਂ ਨੂੰ ਤਕਲੀਫ ਹੈ, ਉਹ ਆਪਣੀ ਅੱਖ ਠੀਕ ਨਹੀਂ ਕਰ ਸਕਦੇ। ਯਾਨੀ ਕਿ ਮੇਲ ਡੋਮੀਨੇਟਿੰਗ ਜਿਹੜੀ ਸੋਸਾਇਟੀ ਹੈ ਉਹ ਅਜੇ ਵੀ ਮੇਲ ਡੋਮੀਨੈਂਟ ਹੈ। ਬਿਲਕੁਲ ਮੇਲ ਡੋਮੀਨੈਂਟ ਹੈ, ਸਭ ਤੋਂ ਪਹਿਲਾਂ ਤਾਂ ਘਰ ਦੇ ਵਿੱਚ ਹੀ ਜੋ ਡੋਮੀਨੈਂਟ ਸ਼ੁਰੂ ਹੋ ਜਾਂਦੀ ਹੈ, ਪਹਿਲਾਂ ਤਾਂ ਦਾਦੇ ਦਾ ਰੋਬ, ਫਿਰ ਪਿਓ ਦਾ ਰੋਬ, ਫਿਰ ਭਾਈ ਦਾ ਰੋਬ, ਤੇ ਫਿਰ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਘਰ ਦਾ ਰੋਬ, ਜੇਠਾਂ ਦਾ ਰੋਬ, ਦਿਓਰਾਂ ਦਾ ਰੋਬ, ਸਹੁਰੇ ਦਾ ਰੋਬ। ਤਾਂ ਇਹ ਜਿਹੜੀ ਆਪਾਂ ਤਾਂ ਬਹੁਤ ਡਿਵੈਲਪਡ ਸਿਟੀ 'ਚ ਰਹਿ ਰਹੇ ਹੈਗੇ, ਜਾ ਕੇ ਪਿੰਡਾਂ ਦੇ ਵਿੱਚ ਹਾਲ ਦੇਖੋ, ਪਿੰਡਾਂ ਦੇ ਵਿੱਚ ਹਾਲ ਦੇਖੋ। ਗੱਲ ਔਰਤ ਦੇ ਹੱਕਾਂ ਦੀ ਹੋ ਰਹੀ ਆ, 33% ਰਾਖਵਾਂਕਰਨ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ, ਸਰਕਾਰਾਂ ਆਉਂਦੀਆਂ ਨੇ ਆ ਕੇ ਚਲੇ ਜਾਂਦੀਆਂ ਨੇ, ਪਰ ਇਹ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਇਸ ਕਰਕੇ ਪੂਰਾ ਨਹੀਂ ਹੋ ਰਿਹਾ ਕਿਉਂਕਿ ਸਰਕਾਰਾਂ ਦੀ ਸੋਚ ਨਹੀਂ ਹੈਗੀ। ਤੁਸੀਂ ਲੱਗਦਾ ਕਿ ਪੋਲੀਟੀਸ਼ੀਅਨ ਨੇ ਜਿਹੜੇ ਉਹ ਐਂਟੀ ਵੂਮੈਨ ਨੇ? ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਪੋਲੀਟੀਸ਼ੀਅਨ ਐਂਟੀ ਵੂਮੈਨ ਹੈਗੇ ਨੇ, ਪਰ ਜਿਵੇਂ ਹੁਣ ਇਹ ਕਾਂਗਰਸ ਦੀ ਵੀ ਸਰਕਾਰ ਹੈ ਕਈ ਸੂਬਿਆਂ ਦੇ ਵਿੱਚ। ਬਿਲਕੁਲ, ਮੈਂ ਇਹੀ ਕਹਿੰਦੀ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਅਭਿਆਨ, ਤੇ ਕਾਂਗਰਸ ਦੀ ਗੱਲ ਹੋਈ ਆ ਤਾਂ 3 ਤਲਾਕ ਬਿੱਲ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ 3 ਤਲਾਕ ਬਿੱਲ ਜਿਹੜੇ ਮੁਸਲਿਮ ਔਰਤਾਂ ਨੂੰ ਆਜ਼ਾਦੀ ਦੇਣ ਦੇ ਲਈ 3 ਤਲਾਕ ਬਿੱਲ ਬਣਿਆ, ਪਰ ਬੀਜੇਪੀ ਕਹਿ ਰਹੀ ਹੈ ਕਿ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ, ਤਾਂ ਕਰਕੇ 3 ਤਲਾਕ ਬਿੱਲ ਰਾਜ ਸਭਾ ਦੇ ਵਿੱਚ ਅਜੇ ਤੱਕ ਅਟਕਿਆ ਹੋਇਆ ਹੈ। ਇਹੀ ਤਾਂ ਅਫਸੋਸ ਮੰਨਦੀ ਹੈਗੀ ਹੈ ਕਿ ਬੀਜੇਪੀ ਜੋ ਚਾਹੁੰਦੀ ਹੈ, ਜੋ ਲੋਕਾਂ ਨੂੰ ਕਹਿਣਾ ਚਾਹੁੰਦੀ ਹੈ, ਜੋ ਦਿਖਾਉਣਾ ਚਾਹੁੰਦੀ ਹੈ, ਲੋਕੀ ਉਸ ਨੂੰ ਮੰਨਦੇ ਨੇ। 3 ਤਲਾਕ ਬਿੱਲ ਦੇ ਅਸੀਂ ਰਾਜ ਸਭਾ 'ਚ ਕਿਉਂ ਅਟਕਿਆ ਹੋਇਆ ਹੈ? ਤੁਹਾਨੂੰ ਫਿਰ ਉਹਦੀ ਡਿਟੇਲ ਦੱਸ, ਤੁਸੀਂ ਮੇਰੀ ਪੂਰੀ ਗੱਲ ਕੰਪਲੀਟ ਕਰਨ ਦਿਓ ਨਾ। ਅਗਰ 3 ਤਲਾਕ ਬਿੱਲ ਦੇ ਉੱਪਰ ਤੁਸੀਂ ਮੈਨੂੰ ਪੁੱਛਿਆ ਹੈਗਾ, 3 ਤਲਾਕ ਬਿੱਲ ਦਾ ਅਸੀਂ ਵਿਰੋਧ ਕਦੀ ਵੀ ਨਹੀਂ ਕੀਤਾ, ਅਸੀਂ ਵਿਰੋਧ ਕੀਤਾ ਅੱਧੇ ਅਧੂਰੇ ਬਿੱਲ ਦਾ, ਉਹ ਬਿੱਲ ਪੂਰਾ ਹੈ ਨਹੀਂ, ਇਸ ਕਰਕੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਅੱਧਾ ਅਧੂਰਾ ਦੇਣ ਦੀ ਬਜਾਏ ਉਹਨੂੰ ਕੰਪਲੀਟ ਠੀਕ ਤਾਂ ਕਰੋ। ਅਗਰ ਅੱਜ ਮਹਿਲਾ ਨੂੰ ਤਲਾਕ ਮਿਲਦਾ ਹੈਗਾ, ਉਹਦਾ ਪਤੀ ਜੇਲ੍ਹ 'ਚ ਚਲਾ ਜਾਂਦਾ ਹੈਗਾ, ਤਾਂ ਉਹਦੇ ਪਿੱਛੇ ਉਹਦੇ ਖਾਣ ਪਾਣ ਦਾ, ਉਹਦੇ ਰੋਟੀ ਦਾ, ਉਹਦਾ ਇੰਤਜ਼ਾਮ ਕੌਣ ਕਰੇਗਾ? ਅਗਰ ਅੱਜ ਪਤੀ ਨੂੰ ਜੇਲ੍ਹ ਮਿਲ ਜਾਂਦੀ ਹੈਗੀ ਹੈ, ਤਾਂ ਉਹਦੀ ਪ੍ਰੋਪਰਟੀ ਦੇ ਵਿੱਚ ਕਿਆ ਉਹ ਮਹਿਲਾ ਨੂੰ ਹਿੱਸਾ ਮਿਲੇਗਾ, ਨਹੀਂ ਮਿਲੇਗਾ? ਇਹ ਕੋਈ ਵੀ ਗੱਲ ਉਸ ਬਿੱਲ 'ਚ ਕਲੀਅਰ ਨਹੀਂ ਕੀਤੀ ਗਈ, ਜਿਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਕਿ ਕਮੇਟੀ ਬਿਠਾਓ, ਇਸ ਬਿੱਲ ਨੂੰ ਪੂਰਾ ਪੱਕਾ ਕਰੋ, ਤਾਂ ਕਿ ਅੱਗੇ ਜਾ ਕੇ ਮਹਿਲਾਵਾਂ ਨੂੰ ਕਿੰਤੂ ਪ੍ਰੰਤੂ ਕਰਕੇ ਇਹ 'ਚ ਪ੍ਰੋਬਲਮ ਨਾ ਆਵੇ। ਰਣਜੀਤਾ ਜੀ, ਯਾਨੀ ਤੁਸੀਂ ਮੰਨਦੇ ਹੋ ਕਾਂਗਰਸ ਪੂਰੀ ਤਰ੍ਹਾਂ ਮਹਿਲਾ ਹਿਤੈਸ਼ੀ ਹੈ? ਬਿਲਕੁਲ ਹਿਤੈਸ਼ੀ ਹੈ, ਤੁਸੀਂ ਮੈਂ ਤੁਹਾਨੂੰ ਬੜੀ ਬਹੁਤ ਵੱਡੀ ਐਗਜ਼ਾਮਪਲ ਦੇ ਸਕਦੀ ਹਾਂ। ਅੱਜ ਤੱਕ ਅਗਰ ਮਹਿਲਾਵਾਂ ਨੂੰ ਕੋਈ ਪ੍ਰਤੀਨਿਧਤਾ ਦਿੱਤੀ ਹੈ ਤਾਂ ਸਿਰਫ ਕਾਂਗਰਸ ਪਾਰਟੀ ਨੇ ਦਿੱਤੀ ਹੈ, ਪਹਿਲੀ ਮਹਿਲਾ ਸਪੀਕਰ ਕਾਂਗਰਸ ਦਿੱਤੀ, ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕਾਂਗਰਸ ਦਿੱਤੀ, ਪਹਿਲੀ ਮਹਿਲਾ ਅਗਰ ਕਿਸੇ ਪਾਰਟੀ ਦੀ ਅਧਿਕਸ਼ ਬਣੀ ਹੈ ਤਾਂ ਉਹ ਕਾਂਗਰਸ ਨੇ ਦਿੱਤੀ। ਮੈਨੂੰ ਇਹ ਤਾਂ ਦੱਸ ਦਿਓ ਕਿ ਬੀਜੇਪੀ ਪਾਰਟੀ ਦੇ ਵਿੱਚ ਕਿੰਨੇ ਇਹਨਾਂ ਦੇ ਮਹਿਲਾ ਸੈੱਲ ਹੈਗੇ ਨੇ, ਕਿੰਨੀ ਮਹਿਲਾ ਪਾਰਟਿਸਿਪੇਸ਼ਨ ਹੈਗੀ ਹੈ? ਇੱਕ ਸੁਸ਼ਮਾ ਸਵਰਾਜ ਦੀ ਵਿਚਾਰੇ ਇਕਲੌਤੀ ਵਿਦੇਸ਼ ਮੰਤਰੀ ਕਿੱਥੇ ਬਣ ਗਈ, ਔਰ ਕਾਂਗਰਸ ਰਣਜੀਤਾ ਜੀ ਪਰਿਵਾਰਵਾਦ ਦੇ ਇਲਜ਼ਾਮ ਵੀ ਸਭ ਤੋਂ ਵੱਧ ਕਾਂਗਰਸ ਤੇ ਲੱਗਦੇ ਆਏ ਨੇ, ਤੇ ਕਾਂਗਰਸ ਨੇ ਕੀਤਾ? ਜੇਕਰ ਤੁਸੀਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਬਣਾਇਆ ਗਿਆ ਪ੍ਰਧਾਨ, ਤਾਂ ਫਿਰ ਆਪਣੇ ਹੀ ਪਰਿਵਾਰ ਦੇ ਵਿੱਚੋਂ ਪ੍ਰਿਯੰਕਾ ਗਾਂਧੀ ਨੂੰ ਕਿਉਂ ਚੁਣਿਆ ਗਿਆ? ਕਾਂਗਰਸ ਨੇ ਪੂਰੇ ਦੇਸ਼ ਦੇ ਵਿੱਚੋਂ ਕਿਉਂ ਕਿਸੇ ਮਹਿਲਾ ਨੂੰ ਪ੍ਰਧਾਨ ਨਹੀਂ ਬਣਾ ਦਿੱਤਾ, ਕਿਉਂ ਕਿਸੇ ਦਲਿਤ ਨੂੰ ਪ੍ਰਧਾਨ ਨਹੀਂ ਬਣਾ ਦਿੱਤਾ? ਮੈਂ ਤੁਹਾਨੂੰ ਇਹੀ ਦੱਸ ਰਹੀ ਹਾਂ, ਕਿਆ ਪਿਛਲੇ 60 ਸਾਲਾਂ ਦੇ ਵਿੱਚ ਇਕੱਲੇ ਗਾਂਧੀ ਪਰਿਵਾਰ ਦੇ ਬੰਦੇ ਹੀ ਪ੍ਰਧਾਨ ਮੰਤਰੀ ਬਣੇ ਨੇ? ਇਹ ਲੋਕਾਂ ਨੂੰ ਇਲਿਊਜ਼ਨ ਆਪਣੀ ਖਤਮ ਕਰਨੀ ਪਏਗੀ। ਸੋਨੀਆ ਗਾਂਧੀ ਨੇ
ਜਿਹੜੇ ਮੇਰੇ ਹੱਥ ਕਲਮ ਆਏਗੀ ਸਭ ਤੋਂ ਪਹਿਲਾਂ ਤਾਂ ਮਹਿਲਾਵਾਂ ਵਾਸਤੇ ਮੈਂ ਐਜੂਕੇਸ਼ਨ ਟੋਟਲੀ ਫ੍ਰੀ ਕਰ ਦੇਵਾਂਗੀ। ਅੱਜ ਆਪਾਂ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਉਣ ਭੇਜਦੇ ਹਾਂ, ਲੰਬੀ ਚੌੜੀ ਫੀਸਾਂ ਨੇ, ਸਰਕਾਰੀ ਸਕੂਲਾਂ ਦੇ ਹਾਲ ਮਾੜੇ ਨੇ, ਪ੍ਰਾਈਵੇਟ ਸਕੂਲਾਂ 'ਚ। ਖੈਰ ਚਲੋ, ਇਹ ਸਿਆਸਤ ਦੀਆਂ ਗੱਲਾਂ ਤਾਂ ਹਰ ਰੋਜ਼ ਹੀ ਹੁੰਦੀਆਂ ਨੇ, ਅੱਜ ਮਹਿਲਾਵਾਂ ਦੇ ਮੁੱਦੇ 'ਤੇ ਗੱਲ ਕਰ ਰਿਹਾ। ਅਦਿਤੀ, ਬਾਹਰ ਦੀਆਂ ਗੱਲਾਂ, ਅਦਾਰਿਆਂ ਦੀਆਂ ਗੱਲਾਂ ਤਾਂ ਛੱਡ ਦਈਏ, ਸਭ ਤੋਂ ਪਹਿਲੀਆਂ ਜੇਕਰ ਗੱਲ ਕੀਤੀ ਜਾਵੇ ਮਹਿਲਾਵਾਂ ਦੇ ਨਾਲ ਜਿਹੜੀਆਂ ਜੁੜੀਆਂ ਸਮੱਸਿਆਵਾਂ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਫੀਮੇਲਸ ਦੀਆਂ ਪ੍ਰੋਬਲਮ ਨੇ, ਅਸੀਂ ਅੱਜ ਵੀ ਉਹਦੇ 'ਤੇ ਖੁੱਲ੍ਹ ਕੇ ਬੰਦਿਆਂ ਦੇ ਸਾਹਮਣੇ ਗੱਲ ਕਰਨ ਤੋਂ ਸ਼ਰਮਾਉਂਦੇ, ਕਿਉਂ ਅੱਜ ਵੀ ਸਾਡੇ ਸਮਾਜ ਨੂੰ ਪੈਡਮੈਨ ਸੁਨੇਹਾ ਕਿਉਂ ਦੇ ਰਿਹਾ ਹੈ? ਬਿਲਕੁਲ, ਦੇਖੋ ਸ੍ਰਿਸ਼ਟੀ ਦਾ ਜਿੱਥੋਂ ਸ੍ਰਿਸ਼ਟੀ ਬਣੀ ਹੈ, ਜਿੱਥੋਂ ਸ਼ੁਰੂ ਹੋਈ ਹੈ, ਅਸੀਂ ਉਸ ਚੀਜ਼ ਨੂੰ ਇੱਕ ਸ਼ਰਮ ਦੀ ਗੱਲ ਮੰਨਦੇ ਹਾਂ। ਉਸ ਬਾਰੇ ਅਸੀਂ ਗੱਲ ਨਹੀਂ ਕਰਦੇ, ਆਪਣੇ ਬੱਚਿਆਂ ਨੂੰ ਪ੍ਰੋਪਰਲੀ ਦੱਸਦੇ ਨਹੀਂ ਉਹਦੇ ਬਾਰੇ। ਸਕੂਲਾਂ ਦੇ ਵਿੱਚ ਅੱਜ ਵੀ ਇਹਦੇ ਲਈ ਕੋਈ ਵੀ, ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵੀ ਐਜੂਕੇਸ਼ਨ ਨਹੀਂ ਹੁੰਦੀ, ਕੋਈ ਵੀ ਲੈਕਚਰ ਨਹੀਂ ਹੁੰਦਾ, ਕੁੜੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਰੀਰ ਨਾਲ ਕੀ ਹੋ ਰਿਹਾ, ਅਸੀਂ ਇਹਦੇ ਨਾਲ ਕੀ ਕਰੀਏ। ਉਹ ਸੰਗਦੀਆਂ ਰਹਿੰਦੀਆਂ, ਛੁਪਦੀਆਂ ਰਹਿੰਦੀਆਂ, ਬਚਦੀਆਂ ਰਹਿੰਦੀਆਂ, ਅਤੇ ਸਮਾਜ ਹੋਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦਾ ਹੈ। ਜ਼ਰੂਰਤ ਹੈਗੀ ਹੈ ਕਿ ਅਸੀਂ ਇਹ ਸਾਰੇ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਕਰੀਏ। ਮੈਂਸਟਰਲ ਜਿਹੜੀ ਹੈਲਥ ਹੈਗੀ ਹੈ, ਉਹ ਅੱਜ ਵੀ ਉਹਦੇ ਕਰਕੇ ਕਿੰਨੀਆਂ ਹੀ ਔਰਤਾਂ ਜਿਹੜੀਆਂ ਹੈਗੀਆਂ ਆਪਣੀ ਜਾਨ ਗਵਾ ਦਿੰਦੀਆਂ ਨੇ, ਬਲੱਡ ਕੈਂਸਰ ਜਾਂ ਫਿਰ ਬਹੁਤ ਸਾਰੇ ਡਿਜ਼ੀਜ਼ ਉਹਨਾਂ ਨੂੰ ਹੋ ਜਾਂਦੇ ਹੈਗੇ ਹੈ। ਅਤੇ ਹੋਰ ਵੀ ਜੇ ਗੱਲਾਂ ਨੇ ਆਪਣੇ ਔਰਤਾਂ ਨੂੰ ਬਹੁਤ ਸਾਰੀ ਹੋਰ ਵੀ ਤਰ੍ਹਾਂ ਦੇ ਸਵਾਸਥ ਦੇ ਜਿਹੜੀ ਜਿੱਥੇ ਤੱਕ ਗੱਲ ਆਉਂਦੀ ਹੈ, ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਨਾ ਸਕੂਲਾਂ 'ਚ, ਨਾ ਸਮਾਜ 'ਚ, ਨਾ ਕਾਲਜਾਂ 'ਚ। ਅਤੇ ਸਕੂਲਾਂ ਨੂੰ ਵੀ ਜ਼ਰੂਰਤ ਹੈਗੀ ਹੈ ਕਿ ਇੱਕ ਪੋਲਿਸੀ ਬਣਾਈ ਜਾਵੇ ਐਜੂਕੇਸ਼ਨ ਪੋਲਿਸੀ ਦੇ ਅੰਦਰ, ਜਿੱਥੇ ਇਹ ਕੁੜੀਆਂ ਦੇ ਰਿਗਾਰਡਿੰਗ ਜਿੰਨੇ ਵੀ ਮਸਲੇ ਹੈਗੇ ਹੈਲਥ ਦੇ ਰਿਗਾਰਡਿੰਗ, ਉਹਦੇ 'ਤੇ ਗੱਲ ਕੀਤੀ ਜਾਵੇ। ਸਪੈਸ਼ਲੀ ਡਾਕਟਰ ਬੁਲਾਏ ਜਾਣ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ, ਉਹਦੇ ਬਾਰੇ ਗੱਲ ਹੋਵੇ। ਅਤੇ ਸਰਕਾਰ ਨੂੰ ਵੀ ਇੱਦਾਂ ਦੀਆਂ ਨੀਤੀਆਂ ਲਿਆਉਣੀਆਂ ਪੈਣਗੀਆਂ, ਅਤੇ ਪਰਿਵਾਰਾਂ ਨੂੰ, ਖਾਸ ਕਰਕੇ ਮਰਦਾਂ ਨੂੰ, ਇਹ ਆਪਣੀ ਜਿਹੜੀ ਸ਼ਰਮਦਾਇਕ ਉਹ ਹੈਗਾ ਨਾ, ਕਿਉਂਕਿ ਸਾਰਾ ਜਿਹੜਾ ਠੀਕਰਾ ਹੈਗਾ ਇੱਜ਼ਤ ਦਾ, ਉਹ ਔਰਤ ਦੇ ਕੰਧਿਆਂ 'ਤੇ ਕੀਤਾ ਜਾਂਦਾ। ਤਾਂ ਹੀ ਤੁਸੀਂ ਗਾਲਾਂ ਵਾਲੀ ਵੀ ਗੱਲ ਕੀਤੀ ਸੀ, ਜੇ ਬੇਇੱਜ਼ਤੀ ਕਰਨੀ ਹੈ ਤਾਂ ਵੀ ਮਾਂ ਭੈਣ ਦੀ ਗੱਲ ਕੱਢ ਕੇ, ਅਤੇ ਜੇ ਇੱਜ਼ਤ ਦੀ ਗੱਲ ਆਉਂਦੀ ਹੈ ਪਰਿਵਾਰ ਦੀ, ਉਹਦਾ ਵੀ ਸਾਰਾ ਠੀਕਰਾ ਜਿਹੜਾ ਹੈਗਾ ਉਹ ਕੁੜੀ ਨੂੰ ਦੇ ਦਿੱਤਾ ਜਾਂਦਾ। ਕਦੇ ਅਸੀਂ ਹਰਿਆਣਾ ਦੇ ਵਿੱਚ ਸੁਣਦੇ ਹਾਂ ਕਿ ਜੀ ਇਹਨਾਂ ਦਾ ਸੈੱਲਫੋਨ ਬੰਦ ਕਰ ਦਿਉ, ਇਹਨਾਂ ਦਾ ਚੌਮਿਨ ਖਾਣਾ ਬੰਦ ਕਰ ਦਿਉ, ਇਹਨਾਂ ਦੀ ਜੀਨਾਂ ਪਾਉਣਾ ਬੰਦ ਕਰ ਦਿਉ, ਜਾਂ ਫਿਰ ਓਨਰ ਕਿਲਿੰਗ ਦੇ ਨਾਮ 'ਤੇ ਅੱਜ ਵੀ ਕਿੰਨੀਆਂ ਹੀ ਕੁੜੀਆਂ ਜਿਹੜੀਆਂ ਹੈਗੀਆਂ ਉਹ ਮਰ ਰਹੀਆਂ ਨੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਲੱਗਦਾ ਹੈ ਕਿ ਇੱਕ ਜਿਹੜੀ ਇੱਜ਼ਤ ਹੈਗੀ ਹੈ ਉਹ ਕੁੜੀ ਹੀ ਸਾਡੀ ਡੁਬੋਏਗੀ। ਡੁਬੋਏਗੀ, ਬਿਲਕੁਲ। ਸੁਖਮਨੀ ਜੀ, ਸੁਖਮਨੀ ਬਲ ਜੀ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੁਖਿਓ ਮੰਦਾਖੀਏ ਜਿਤ ਜੰਮੇ ਰਜਾਨ, ਪਰ ਇਸ ਫਿਲਾਸਫੀ ਦੇ ਉੱਪਰ, ਇਸ ਵਿਚਾਰਧਾਰਾ ਦੇ ਉੱਪਰ ਅੱਜ ਕੀ ਹੋ ਰਿਹਾ ਹੈ? ਮੈਂ ਅੱਜ ਕੱਲ੍ਹ ਤਾਂ ਬਈ ਪੰਜਾਬ ਦੇ ਵਿੱਚ ਤਾਂ ਬਿਲਕੁਲ ਅੱਛੀ ਸਿਚੁਏਸ਼ਨ ਨਹੀਂ ਹੈ, ਕਿਉਂਕਿ ਇੱਕ ਲੜਕੀ ਬਿਲਕੁਲ ਸੇਫ ਨਹੀਂ ਹੈ ਇਨ ਪੰਜਾਬੀ ਸੁਸਾਇਟੀ। ਪੰਜਾਬ ਦੇ ਵਿੱਚ ਕਿਉਂਕਿ ਮੈਂ ਇੱਥੇ ਰਹਿੰਦੀ ਹੈ, ਸੋ ਆਈ ਐਮ ਫੈਮਿਲੀਅਰ ਵਿਦ ਦਿਸ, ਖਬਰਾਂ ਤਾਂ ਪੜ੍ਹਦੇ ਹੋਵੋਗੇ ਤੁਸੀਂ, ਬਟ ਖਬਰਾਂ ਸਾਰੀਆਂ ਸਟੇਟਸ ਦੇ ਵਿੱਚ, ਹਰਿਆਣਾ ਟੌਪਸ, ਯੂਪੀ ਟੌਪਸ ਅਗੇਨ, ਮਤਲਬ ਮੈਨੂੰ ਲੱਗਦਾ ਜੰਮੂ ਕਸ਼ਮੀਰ ਹੋਣਾ ਵੀ ਹਜੇ ਭੁੱਲਿਆ ਨਹੀਂ ਹੋਏਗਾ ਕਿਸੇ ਨੂੰ, ਮਾਸੂਮ ਦੇ ਨਾਲ ਜੋ ਹੋਇਆ ਸੀ, ਜੋ ਹੋਇਆ ਹੈਗਾ ਐਵਰੀਵੇਅਰ। ਆਈ ਥਿੰਕ ਆ ਜਿਹੜੀ ਚੀਜ਼ ਹੈ ਨਾ, ਉਹਦੀ ਸਿਕਿਉਰਿਟੀ ਇਜ਼ ਦਾ ਮੋਸਟ ਫੰਡਾਮੈਂਟਲ ਥਿੰਗ, ਉਹ ਬਹੁਤ ਜ਼ਰੂਰੀ ਆ। ਸ਼ੀ ਸ਼ੁਡ ਫੀਲ ਸਿਕਿਓਰ, ਜੇ ਉਹ ਘਰ 'ਚ ਨਹੀਂ ਸਿਕਿਓਰ, ਬਾਹਰ ਨਹੀਂ ਸਿਕਿਓਰ, ਤੇ ਉਹ ਮੈਂ ਤਾਂ ਗੱਲ ਵਿੱਚ ਟੁੱਕਦੀ ਹਾਂ, ਜੇ ਅਰਬ ਕੰਟਰੀਜ਼ ਵਾਂਗੂ ਇੱਥੇ ਰਾਜੇ ਰੂਲ ਹੋ ਜਾਣ, ਤੁਸੀਂ ਮੇਰੇ ਬੱਚਿਆਂ ਵਰਗੇ ਹੋ ਜੀ, ਵੀ ਜੇ ਕਿਸੇ ਕੁੜੀ ਨਾਲ ਕੋਈ ਰੇਪ ਕਰਦਾ, ਇਮੀਡੀਏਟਲੀ ਅੱਧੇ ਘੰਟੇ ਬਾਅਦ ਹੀ ਉਹਨੂੰ ਮਾਰ ਦੇਣ, ਚੁਰਾਹੇ ਦੇ ਵਿੱਚ ਖੜ ਕੇ ਕਤਲ ਕਰ ਦੇਣ, ਮੁੜ ਕੇ ਲਾ ਰੇਪ ਹੋ ਜੇ ਤਾਂ ਕਹਿ ਦਿਓ, ਸਾਡੇ ਅੰਨੇ ਕਾਨੂੰਨ ਕੋਰਟਾਂ 'ਚ ਚਲੇ ਜਾਂਦੇ ਆ, ਸਾਡੇ ਅੰਨੇ ਜੱਜਮੈਂਟ, ਸਾਡਾ ਅੰਨਾ ਸਿਸਟਮ ਸਾਰਾ, ਜੱਜ ਵੀ ਵੇਖਦੇ ਨੇ ਅੱਜਕੱਲ੍ਹ, ਜੱਜ ਵੇਖਦੇ ਨੇ, ਵਕੀਲ ਵੇਖਦੇ ਨੇ, ਵਕੀਲ ਦੂਜੀ ਪਾਰਟੀ ਨਾਲ ਹੋ ਜਾਂਦੇ ਨੇ, ਤੁਸੀਂ ਕੀ ਕਰੋਗੇ? ਸਾਡਾ ਸਿਸਟਮ ਮੈਨੂੰ ਨਹੀਂ ਲੱਗਦਾ ਠੀਕ ਹੋਊਗਾ, ਜੇ ਕੁਦਰਤੀ ਕੋਈ ਕੁਛ ਹੋ ਜੇ ਤਾਂ, ਵਾਪਰ ਜੇ ਤਾਂ ਦੈਟ ਇਜ਼ ਅਨਦਰ ਥਿੰਗ। ਜਿੰਨਾ ਚਿਰ ਚੁਰਾਹੇ 'ਚ ਖੜ ਕੇ ਬਲਾਤਕਾਰੀਆਂ ਨੂੰ ਉਸੇ ਟਾਈਮ ਕਤਲ ਨਹੀਂ ਕਰਨ ਦਿੱਤਾ, ਕੋਈ ਕਤਲ ਕੁਛ ਨਹੀਂ ਬਣਦਾ, ਗੈਂਗਰੇਪ ਕੁਛ ਵੀ, ਦੇਖੋ ਬੇਰੋਜ਼ਗਾਰ ਜਦ ਬੰਦੇ ਵਿਹਲੇ ਨੇ, ਜਦ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਉਹ ਨਸ਼ਿਆਂ 'ਚ ਪੈਂਦੇ ਨੇ, ਔਰ ਨਸ਼ਿਆਂ ਦੇ ਵਿੱਚ ਪੈਂਦੇ ਨੇ। ਅੱਜ ਕੱਲ੍ਹ ਇੰਟਰਨੈਟ ਔਰ ਸੋਸ਼ਲ ਮੀਡੀਆ ਇੰਨਾ ਕੁ ਹੈਗਾ ਕਿ 24 ਘੰਟੇ ਦਿਮਾਗ ਇੱਕ ਪਾਸੇ ਚੱਲਦਾ, ਤਾਂ ਉਹ ਹੈਵਾਨੀਅਤ ਕਿਤੇ ਨਿਕਲਦੀ, ਔਰਤਾਂ 'ਤੇ ਨਿਕਲਦੀ ਹੈ। ਮੈਂ ਤਾਂ ਕਹਿੰਦੀ ਤੁਸੀਂ ਜਾਣ ਕੇ ਸਿੱਧੇ ਤੌਰ 'ਤੇ ਸਿਆਸਤ ਨੂੰ ਜ਼ਿੰਮੇਵਾਰ ਦੱਸ ਰਹੇ ਹੋ। ਮੈਂ ਤੁਹਾਨੂੰ ਕਿਸੇ ਮੈਨੂੰ ਪੁੱਛਿਆ ਕਿ ਤੁਹਾਡੇ ਹੱਥ 'ਚ ਕਲਮ ਆਏਗੀ, ਤੁਸੀਂ ਕੀ ਕਰੋਗੇ? ਮੇਰੇ ਹੱਥ 'ਚ ਕਲਮ ਆਏਗੀ, ਸਭ ਤੋਂ ਪਹਿਲਾਂ ਮੈਂ ਕਾਨੂੰਨ ਬਣਾਵਾਂਗੀ ਕਿ ਕੁੜੀ ਜਦੋਂ 5-6 ਸਾਲ ਦੀ ਹੁੰਦੀ ਹੈ ਉਦੋਂ ਤੋਂ ਉਹਦਾ ਸੈਲਫ ਡਿਫੈਂਸ। ਬਿਲਕੁਲ ਰਣਜੀਤਾ ਜੀ, ਪੜ੍ਹਾਈ ਦੇ ਨਾਲ ਨਾਲ ਉਹਨੂੰ ਸੈਲਫ ਡਿਫੈਂਸ ਸਿਖਾਇਆ ਜਾਵੇ, ਉਹਨੂੰ ਕਿਸੇ ਦੀ ਲੋੜ ਹੀ ਨਹੀਂ। ਬਿਲਕੁਲ, ਅੱਧੀ ਆਬਾਦੀ 'ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਹੋਰ ਵੀ ਬਹੁਤ ਸਾਰੇ ਪਹਿਲੂ ਛੂਣ ਦੀ ਕੋਸ਼ਿਸ਼ ਕਰਾਂਗੇ, ਫਿਲਹਾਲ ਰੋਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਤਾਂ ਵੱਡਾ ਸਵਾਲ ਸਾਡਾ ਇਹ ਹੈ ਕਿ ਕੌਮਾਂਤਰੀ ਮਹਿਲਾ ਦਿਹਾੜਾ ਮਨਾਉਣ ਵਾਲੀਆਂ ਰਸਮਾਂ ਅੱਧੀ ਆਬਾਦੀ ਲਈ ਕੋਈ ਨਵਾਂ ਰਾਹ ਖੋਲਦੀਆਂ ਨੇ? ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਮੇਰੇ ਸਹਿਯੋਗੀ ਕੁਲਦੀਪ ਵੀ ਸਾਡੇ ਨਾਲ ਮੌਜੂਦ
जेकर गल करिए सरकारां दी, सरकारां आईयां सरकारां गईयां, पर केड़ी सरकार सी जिहड़ी असल दे विच कुड़ियां दे लई महिलावां दे लई कुछ करके गई? देखो मेरा तो मेरा ख्याल 55-56 साल की होगी, मैनू तो कोई हजे तक सरकार यहोजी लभी नहीं। जे कोई इंसानियत के नाते कोई पार्टी चंगी बन जाए तो भावें, मैनू तो मैं दिल की गल दसा शेयर, मैं सारिया सरकारां नाल काम हुण भी कर रही हाँ, पर किसी सरकार दे विच कोई यहोजा लीडर नहीं बनया। जी रंजीता जी कह रहे हैं कि कांग्रेस पूरी तरह जी फीमेल हितैषी है, महिला हितैषी है। नहीं मैं वेखो मैं नहीं कहती कांग्रेस हितैषी है जां बीजेपी नहीं हितैषी, मैं तो सारे कहने भावें आप आ जाए कल हजे तक फीमेल तो किसी ने वर्कआउट नहीं किया। सेक उदा लगेगा जो किसी लीडर की धी का बलात्कार हो गया ना, उन्ना चिर कुछ नहीं हुंदा। हाँ औरतों के हक रखवे भी उदो हो जो बंदे बच्चा पैदा कर लगे, उन्होंने पता लगे भी औरत कि पीड़ा चो निकलती है, दूजा जन्म औरत का हों, फिर वह बच्चा दूजा पैदा करने फिर तैयार हो जाती है। किड्डा वड्डा त्याग है औरत का, क्योंकि बंदे महसूस नहीं कर सकते औरतों का दर्द, जिवें तुसीं दस्सिया सिस्टम महीने बाद कुड़ियां किन्नियां परेशान होंदियां। सो यह तो अपनी सोच बदलनी पैनी है, आपां नूं डांग खिंचनी पैनी है। यंग ब्लड अगे आवे, मैं वार वार कहनी है भी 35-35 साल के जिहड़े ਲਿਮਿਟੇਸ਼ਨ ਹੋ ਜਾਵੇ ਇੱਕ ਲਾੜੀ ਨਹੀਂ ਸਕਦੇ ਚੋਣ, ਯੰਗ ਬਲੱਡ ਇਹ ਵੀ ਠੀਕ ਹੈ ਇਹਨਾਂ ਦੇ। ਜਿੱਦਾਂ ਜੀ ਤੁਸੀਂ ਸਹਿਮਤ ਹੋ ਇਹਨਾਂ ਦੇ ਨਾਲ ਜਿਹੜੇ ਕਹਿ ਰਹੇ ਨੇ ਕਿ ਲਿਮਿਟੇਸ਼ਨ ਹੋ ਜਾਣੀ ਚਾਹੀਦੀ, ਇਸ ਉਮਰ ਤੋਂ ਵੱਧ ਦਾ ਬੰਦਾ ਸਿਆਸਤ ਦੇ ਵਿੱਚ ਆਪਣੀ ਕਿਸਮਤ ਨਹੀਂ ਅਜ਼ਮਾਏਗਾ, ਤੇ ਜੇਕਰ ਇਸ ਤੋਂ ਵੱਧ ਘੱਟ ਐਜੂਕੇਸ਼ਨ ਹੋਵੇਗੀ ਤਾਂ ਵੀ ਉਸ ਨੂੰ ਮੌਕਾ ਨਹੀਂ ਦੇਣਾ ਚਾਹੀਦਾ। ਬਿਲਕੁਲ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਵੱਡਾ ਇਫੈਕਟ ਪੈਂਦਾ ਹੈਗਾ ਪੜ੍ਹੇ ਤੇ ਉਮਰ ਦਾ। ਮੈਂ ਪੜ੍ਹੇ ਦੇਖੋ ਮੈਂ ਕਿਹਾ ਦੋਨੋਂ ਕਿੰਨੀਆਂ, ਉਮਰ ਦਾ ਤੇ ਐਜੂਕੇਸ਼ਨ ਦਾ, ਉਮਰ ਦੀ ਵੀ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਹੈ। 80-80 ਸਾਲ ਦੀ ਉਮਰ ਦੇ ਵਿੱਚ ਸਿਆਸਤ ਦੇ ਵਿੱਚ ਆ ਕੇ ਉੱਭੇ ਹੋ ਕੇ ਤੁਰਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਕੰਮ ਕਰਨਾ ਹੈ, ਉਹਦਾ ਕੋਈ ਫਾਇਦਾ ਨਹੀਂ। ਅੱਜ ਤੁਸੀਂ ਕਹਿੰਦੇ ਹੋ ਕਿ ਅੱਜ ਕਲਮ ਹੱਥ 'ਚ ਆਵੇ ਤਾਂ ਬਹੁਤ ਕੁਛ ਹੈਗਾ ਜਿਹੜਾ ਮਹਿਲਾਵਾਂ ਵਾਸਤੇ ਹੋ ਸਕਦਾ ਹੈ, ਔਰ ਕਾਂਗਰਸ ਪਾਰਟੀ ਨੇ ਬਹੁਤ ਕੁਛ ਕੀਤਾ ਵੀ ਹੈ। ਅਗਰ ਉਹਨਾਂ ਵਾਸਤੇ ਲਾਡਲੀ ਯੋਜਨਾ ਚਲਾਈਆਂ, ਬੱਚਿਆਂ ਵਾਸਤੇ ਫ੍ਰੀ ਪੜ੍ਹਾਈਆਂ ਦਾ, ਬੱਚਿਆਂ ਦੀ ਫ੍ਰੀ ਸਕੂਲ ਦੀ ਬੱਸਾਂ ਲਗਾਉਣ ਦਾ, ਅਗਰ ਮਹਿਲਾ ਦੇ ਨਾਮ ਤੇ ਰਜਿਸਟਰੀ ਹੁੰਦੀ ਹੈ ਮਕਾਨ ਦੀ, ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੇ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਕਿ ਉੱਥੇ ਮਹਿਲਾਵਾਂ ਤੇ ਕੁੜੀਆਂ ਪੂਰੀ ਤਰ੍ਹਾਂ ਸੁਰੱਖਿਅਤ ਨੇ, ਕਿ ਉਹਨਾਂ ਸੂਬਿਆਂ ਦੇ ਵਿੱਚ ਰੇਪ ਦੀ ਬਲਾਤਕਾਰ ਦੀ ਕੋਈ ਘਟਨਾ ਸਾਹਮਣੇ ਨਹੀਂ ਆਉਂਦੀ? ਮੈਂ ਤੁਹਾਨੂੰ ਇਹੀ ਕਹਿ ਚਾਹੁੰਦੀ ਹਾਂ ਕਿ ਦੇਖੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਰ ਤੁਸੀਂ ਫਰਕ ਦੇਖੋਗੇ ਘਟਨਾਵਾਂ 'ਚ ਕਮੀ ਹੁੰਦੀ ਹੈ, ਘਟਨਾਵਾਂ ਘਟਦੀਆਂ ਨੇ ਸਿਰਫ ਸਰਕਾਰਾਂ ਬਦਲਣ ਦੇ ਨਾਲ। ਉਹ ਨਾਲ ਤੁਹਾਨੂੰ ਕਾਨੂੰਨ ਵੀ ਬਦਲਣੇ ਪੈਣਗੇ, ਸਖ਼ਤ ਕਾਨੂੰਨ ਕਰਨੇ ਪੈਣਗੇ। ਤੁਸੀਂ ਲੜਕੀਆਂ ਦੀ ਐਜੂਕੇਸ਼ਨ ਟੋਟਲੀ ਫ੍ਰੀ ਕਰ ਦਿਓ, ਸੈਨੀਟੇਸ਼ਨ ਵਾਸਤੇ ਹਰ ਜਗ੍ਹਾ ਪੈਡ ਦੀਆਂ ਫ੍ਰੀ ਮਸ਼ੀਨਾਂ ਹੋਣ ਤਾਂ ਕਿ ਬੱਚੇ ਗੰਦਾ ਕੱਪੜਾ ਗੰਦਾ ਚੀਜ਼ਾਂ ਨੂੰ ਇਸਤੇਮਾਲ ਨਾ ਕਰਨ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਤੁਹਾਨੂੰ ਕਰਨੀਆਂ ਪੈਣਗੀਆਂ, ਔਰ ਸੁਰੱਖਿਆ ਵਾਸਤੇ ਉਹਨਾਂ ਦਾ ਸੈਲਫ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ ਉਹਨਾਂ ਦਾ LKG UKG ਤੋਂ ਹੀ ਸ਼ੁਰੂ ਹੋ ਜਾਵੇ। ਜਿਵੇਂ ਆਪਾਂ ਪ੍ਰੋਪਰ ਇੱਕ ਸਬਜੈਕਟ ਪੜ੍ਹਾਉਂਦੇ ਹਾਂ, ਇਕੱਲੀ ਲੜਕੀਆਂ ਨੂੰ ਉਹਨਾਂ ਦੀ ਸੁਰੱਖਿਆ ਕਿਵੇਂ ਕਰਨੀ ਹੈਗੀ, ਜੂਡੋ ਕਰਾਟੇ ਉਹਨਾਂ ਨੂੰ ਸਿਖਾਏ ਜਾਣ ਤਾਂ ਕਿ ਕੋਈ ਲੜਕਾ ਕੋਈ ਆਦਮੀ ਗੰਦੀ ਨਿਗਾਹ ਨਾਲ ਉਹਦੇ ਵੱਲ ਦੇਖਦਾ ਹੈਗਾ ਤਾਂ ਉਹਨੂੰ ਆਪਣੇ ਆਪ ਉਹਦਾ ਜਵਾਬ ਦੇਣਾ ਆਉਣਾ ਚਾਹੀਦਾ। ਅਦਿਤੀ ਅਦਿਤੀ ਕੱਪੜਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਕੱਪੜੇ ਇੱਕ ਮਹਿਲਾ ਦਾ ਇੱਕ ਕੁੜੀ ਦਾ ਕੈਰੈਕਟਰ ਡਿਸਕ੍ਰਾਈਬ ਕਰਦੇ ਨੇ? ਕਿਉਂਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਵੀ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਕਾਂਗਰਸ ਦੇ ਵੀ ਬਹੁਤ ਸਾਰੇ ਸ਼ਾਮਿਲ ਕਹਿ ਚੁੱਕੇ ਨੇ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿ ਚੁੱਕੇ ਨੇ ਕਿ ਅਗਰ ਉਹ ਜੀਨਾਂ ਨਾ ਪਾਣ, ਤੰਗ ਕੱਪੜੇ ਨਾ ਪਾਣ ਤਾਂ ਮੁੰਡਿਆਂ ਨਾਲ ਨਹੀਂ ਝਾਕਣਗੇ। ਜੀ ਦੇਖੋ ਜੀ, ਮੈਂ ਇਹਦੇ 'ਚ ਕਹਿਣਾ ਚਾਹਾਂਗੀ ਕਿ ਜਦ ਅਸੀਂ ਕੱਪੜਿਆਂ ਦੀ ਗੱਲ ਕਰਦੇ ਹਾਂ ਤੇ ਸਿਰਫ ਕੱਪੜੇ ਤੱਕ ਨਹੀਂ, ਭਾਵੇਂ ਉਹ ਮੇਕਅਪ ਹੋਵੇ, ਭਾਵੇਂ ਕੱਪੜੇ ਹੋਣ, ਭਾਵੇਂ ਅਸੀਂ ਕੀ ਦੇਖ ਰਹੇ ਹਾਂ, ਕੀ ਪੜ੍ਹ ਰਹੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਦੇ ਔਰਤਾਂ ਦੇ ਉੱਤੇ ਇੱਕ ਪੈਣੀ ਨਜ਼ਰ ਰੱਖੀ ਜਾਂਦੀ ਹੈ, ਉਹਦਾ ਇੱਕ ਕੈਰੈਕਟਰ ਜਿਹੜਾ ਉਹ ਜੱਜ ਕੀਤਾ ਜਾਂਦਾ ਹੈ। ਕਹਿੰਦੇ ਨਾ ਕਿ ਬਦਨਾਮ ਕੀਤਾ ਜਾਂਦਾ, ਵੈਨ ਯੂ ਕਾਂਟ ਹਿੱਟ ਔਨ ਕੈਰੈਕਟਰ ਯੂ ਹਿੱਟ, ਵੈਨ ਯੂ ਕਾਂਟ ਹਿੱਟ ਔਨ ਮੈਰਿਟ ਯੂ ਹਿੱਟ ਔਨ ਕੈਰੈਕਟਰ। ਜਦ ਤੁਸੀਂ ਉਹਦੀ ਸ਼ਕਤੀ ਨੂੰ, ਉਹਦੀ ਹਾਂ ਬਰਾਬਰਤਾ ਨੂੰ ਜਦ ਤੁਸੀਂ ਨਹੀਂ ਕੁਐਸਚਨ ਕਰ ਸਕਦੇ, ਸਵਾਲ ਨਹੀਂ ਪੁੱਛ ਸਕਦੇ, ਉਹਦੀ ਸਮਝ ਨੂੰ ਜਦ ਤੁਸੀਂ ਨਹੀਂ ਨੀਚਾ ਦਿਖਾ ਸਕਦੇ, ਤੁਸੀਂ ਉਹਦੇ ਔਰਤ ਦੇ ਕੈਰੈਕਟਰ ਤੇ ਆ ਜਾਂਦੇ ਹੋ। ਕਿਉਂਕਿ ਉਹ ਤਾਂ ਸਭ ਤੋਂ ਸੌਖੀ ਚੀਜ਼ ਹੈ ਤਾਰ ਤਾਰ ਕਰਨੀ। ਇੱਕ ਕਿਸੇ ਕੁੜੀ ਨੂੰ ਜੇ ਉਹ ਵਧੀਆ ਬੋਲ ਰਹੀ ਹੈ, ਵਧੀਆ ਕੰਮ ਕਰ ਰਹੀ ਹੈ, ਆਪਣਾ ਘਰ ਬਾਰ ਚਲਾ ਰਹੀ ਹੈ, ਤੁਸੀਂ ਉਹਦੇ ਕੈਰੈਕਟਰ ਤੇ ਕਹਿ ਦਿਓ ਤਾਰਮ ਤਾਰ ਕਰ ਦਿਓ, ਤੇ ਸਮਾਜ ਵੀ ਜਿਹੜਾ ਹੈਗਾ ਉਹ ਸਾਰਾ ਐਂਟੀ ਹੋ ਜਾਂਦਾ ਹੈ, ਕਿਉਂਕਿ ਸਾਡੇ ਤਾਂ ਭੇਡਚਾਲ ਦੀ ਸ਼ੁਰੂ ਤੋਂ ਹੀ ਇਹ ਰਵਾਇਤ ਰਹੀ ਹੈ। ਪਰ ਇੱਕ ਚੀਜ਼ ਮੈਂ ਤੁਹਾਡੇ ਸ਼ੋਅ ਦੇ ਮਾਧਿਅਮ ਨਾਲ ਇੱਕ ਹੋਰ ਚੀਜ਼ ਕਹਿਣਾ ਚਾਹਾਂਗੀ, ਅਸੀਂ ਅੱਜ ਵੀ ਇਹੀ ਗੱਲ ਕਹਿ ਰਹੇ ਹਾਂ ਕਿ ਕਾਨੂੰਨ ਸਖਤ ਹੋ ਜਾਣ। ਕਾਨੂੰਨ ਆਲਰੇਡੀ ਸਖਤ ਹੈਗੇ ਹੈ, ਜੇ ਤੁਸੀਂ ਕਾਨੂੰਨ ਦੇ ਬਾਰੇ ਪੜ੍ਹੋ, ਬਾਰ ਬਾਰ ਅਮੈਂਡਮੈਂਟਸ ਆਉਂਦੀਆਂ ਨੇ। ਕਾਨੂੰਨ ਦੀ ਵੇਟ ਕਿਉਂ ਕਰ ਰਹੇ ਹਾਂ? ਬਿਲਕੁਲ, ਅਸੀਂ ਕਾਨੂੰਨ ਨੂੰ ਚੰਗੀ ਤਰ੍ਹਾਂ ਲਾਗੂ ਕਦੋਂ ਕਰਾਂਗੇ, ਉਹ ਲਾਗੂ ਕਿਵੇਂ ਹੋਏਗਾ, ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ। ਜਦ ਦਿੱਲੀ ਦੇ ਵਿੱਚ ਨਿਰਭਿਆ ਗੈਂਗਰੇਪ ਹੋਇਆ ਸੀ, ਉਹਦੇ ਬਾਅਦ ਕਿੰਨਾ ਕਾਨੂੰਨ ਜਿਹੜਾ ਉਹ ਸਖਤ ਕਰ ਦਿੱਤਾ ਗਿਆ। ਮੈਡਮ ਇੱਥੇ ਕਹਿ ਰਹੇ ਸੀ ਕਿ ਅਸੀਂ ਫਾਂਸੀ ਦੇ ਦਿੱਤੀ ਜਾਵੇ ਅੱਧੇ ਘੰਟੇ ਦੇ ਅੰਦਰ। ਦੇਖੋ ਜਿੱਥੇ ਡੈਮੋਕ੍ਰੇਸੀ ਹੈ ਜਿੱਥੇ ਕਾਨੂੰਨ ਹੈਗਾ, ਇਹ ਵੀ ਨਹੀਂ ਹੋ ਸਕਦਾ। ਅਰਬ ਕੰਟਰੀਜ਼ ਨੇ ਉਹਨਾਂ ਨੇ ਕਦੇ ਡਿਵੈਲਪਮੈਂਟ ਓਨੀ ਨਹੀਂ ਕੀਤੀ ਜਿੰਨੀ ਭਾਰਤ ਨੇ ਕੀਤੀ ਹੈ। ਯਾਨੀ ਕਿ ਤੁਸੀਂ ਮੰਨਦੇ ਹੋ ਕਿ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਨਹੀਂ ਦੇਣੀ ਚਾਹੀਦੀ? ਨਹੀਂ, ਦੇਖੋ ਦੋਨਾਂ ਚੀਜ਼ਾਂ 'ਚ ਫਰਕ ਹੈਗਾ। ਇੱਕ ਜਗ੍ਹਾ ਤੁਸੀਂ ਕਹਿ ਰਹੇ ਹੋ ਕਿ ਅੱਧੇ ਘੰਟੇ ਦੇ ਵਿੱਚ ਉਹਨੂੰ ਸਜ਼ਾ ਦੇ ਦਿਓ ਤਾਂ ਕਿ ਜਿਹੜਾ ਇੱਕ ਸਟਰੋਂਗ ਮੈਸੇਜ ਲੋਕਾਂ ਨੂੰ ਜਾਏ, ਪਰ ਕਾਨੂੰਨ ਕੀ ਕਹਿੰਦਾ? ਕਾਨੂੰਨ ਕਹਿੰਦਾ ਕਿ ਅਗਲੇ ਬੰਦੇ ਨੂੰ ਕਹਿੰਦਾ ਕਿ 35-35-40 ਸਾਲ ਤੁਸੀਂ ਮਾਮਲਾ
ਮਾਮਲਾ ਲਟਕਾਉਂਦੇ ਰਹੋ ਬਿਲਕੁਲ ਨਹੀਂ ਜੀ ਜੇ ਤੁਸੀਂ ਅੱਜ ਦਾ ਕਾਨੂੰਨ ਪੜੋ ਤੇ ਫਾਸਟ ਟ੍ਰੈਕ ਕੋਰਟਸ ਆ ਗਏ ਨੇ ਲੋਕੀ ਸਿਰਫ ਇਹ ਕਹਿੰਦੇ ਜੀ ਕਾਨੂੰਨ ਕੁਛ ਨਹੀਂ ਹੈ ਕਾਨੂੰਨ ਸਖਤ ਨਹੀਂ ਹੈ ਬਲਾਤਕਾਰ ਦੇ ਜੇ ਤੁਸੀਂ ਹੁੰਦੀ ਨਹੀਂ ਹੁੰਦੀ ਸਜ਼ਾ ਦਾ ਐਲਾਨ ਜ਼ਰੂਰ ਹੋਇਆ ਪਰ ਫਾਂਸੀ ਹੁਣ ਤੱਕ ਨਹੀਂ ਹੋਈ ਆਸਿਫਾ ਦੇ ਮਾਮਲੇ ਦੇ ਵਿੱਚ ਤੁਸੀਂ ਦੱਸੋ ਮੈਨੂੰ ਹਜੇ ਤੱਕ ਕਿੱਥੇ ਤੱਕ ਮਾਮਲਾ ਪਹੁੰਚਿਆ ਫਾਂਸੀ ਦੀ ਗੱਲ ਹੈ ਜਿਹੜੀ ਉਹ ਅਮੈਂਡਮੈਂਟ ਆਈ ਹੈ ਉਹ 2013 ਦੇ ਵਿੱਚ ਆਈ ਹੈ ਦੂਜੀ ਗੱਲ ਅੱਜ ਵੀ ਜਿਹੜੇ ਫਾਸਟ ਟ੍ਰੈਕ ਕੋਰਟ ਹੈ ਉਹ ਸਿਰਫ ਰੇਪ ਦੇ ਲਈ ਬਲਾਤਕਾਰ ਦੇ ਅਪਰਾਧ ਲਈ ਬਣੇ ਗਏ ਹੈ ਫਾਸਟ ਟ੍ਰੈਕ ਕੋਰਟ ਹੋਰ ਕਿਸੇ ਚੀਜ਼ 'ਚ ਨਹੀਂ ਕੰਮ ਕਰਦੇ ਤੀਜੀ ਗੱਲ ਇੱਕ ਵਿਕਟਿਮ ਦੀ ਆਈਡੈਂਟੀ ਨੂੰ ਛੁਪਾਉਣ ਲਈ ਹੁਣ ਜਿਹੜਾ ਪੂਰਾ ਟ੍ਰਾਇਲ ਹੁੰਦਾ ਹੈ ਉਹ ਇੱਕ ਕੈਮਰੇ ਦੇ ਅੰਦਰ ਹੁੰਦਾ ਹੈ ਅਸੀਂ ਦੀ ਮਾਂ ਨੂੰ ਤਾਂ ਅੱਜ ਤੱਕ ਨਹੀਂ ਇਨਸਾਫ ਮਿਲਿਆ ਦੇਖੋ ਜੀ ਇੱਦਾਂ ਹੈਗਾ ਕਿ ਉਹਦੇ ਵਿੱਚ ਇਨਸਾਫ ਮਿਲਿਆ ਜੇ ਤੁਸੀਂ ਉਹਦੀ ਲੇਟੈਸਟ ਜਜਮੈਂਟ ਪੜ੍ਹੀ ਹੋਣੀ ਹੈ ਤੁਸੀਂ ਕਾਨੂੰਨ ਨੂੰ ਸਿਰਫ ਨਹੀਂ ਕਹਿ ਸਕਦੇ ਕਿ ਅਸੀਂ ਕਾਨੂੰਨ ਨੂੰ ਬਲੇਮ ਕਰੀਏ ਜੇ ਤੁਸੀਂ ਇੱਕ ਪਾਸੇ ਔਰਤਾਂ ਦੇ ਹੱਕਾਂ ਦੀ ਗੱਲ ਕਰ ਰਹੇ ਹੋ ਜੇ ਅਸੀਂ ਅੱਧੇ ਘੰਟੇ ਦੇ ਵਿੱਚ ਫਾਂਸੀਆਂ ਦੇਣ ਲੱਗ ਗਏ ਤਾਂ ਫਿਰ ਬਹੁਤ ਸਾਰੇ ਇੱਦਾਂ ਦੇ ਵੀ ਲੋਕ ਹੋਣਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸਿਰਫ ਇੱਕ ਰਾਜਨੀਤਿਕ ਪ੍ਰੈਸ਼ਰ ਕਰਕੇ ਇੱਕ ਮੀਡੀਆ ਟ੍ਰਾਇਲ ਕਰਕੇ ਉਹਨਾਂ ਨੂੰ ਫਾਂਸੀ ਦੇ ਫੰਦੇ 'ਤੇ ਚੜਾਇਆ ਜਾਏਗਾ ਅੱਜ ਸਾਨੂੰ ਗੱਲ ਕਰਨ ਦੀ ਲੋੜ ਹੈ ਕਿ ਮਹਿਲਾ ਸਸ਼ਕਤੀਕਰਨ ਦੀ ਜਦ ਅਸੀਂ ਗੱਲ ਕਰ ਰਹੇ ਹਾਂ ਸਾਨੂੰ ਆਪ ਦੀ ਕੀ ਪਹਿਲ ਕਰਨੀ ਹੈ ਯਾਨੀ ਅਦਿਤੀ ਮੰਨਦੇ ਹੋ ਤੁਸੀਂ ਕਿ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਰਾਜਨੀਤਿਕ ਦਬਾਅ ਬਹੁਤ ਹੱਦ ਤੱਕ ਹੁੰਦਾ ਹੈ ਬਿਲਕੁਲ ਹੁੰਦਾ ਹੈ ਅਤੇ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਔਰਤ ਦੇ ਲਈ ਅਗੇਂਸਟ ਉਹ ਕੰਮ ਕਰ ਸਕਦਾ ਹੈ ਅਤੇ ਜੇ ਅਸੀਂ ਕਿਸੇ ਇੱਕ ਮਾਸੂਮ ਬੰਦੇ ਨੂੰ ਜੇ ਅਸੀਂ ਫਾਂਸੀ ਚੜ੍ਹਾ ਦੇਵਾਂਗੇ ਕਿਉਂਕਿ ਇੱਕ ਸਿਰਫ ਰੱਬ ਹੈਗਾ ਜਿਹੜਾ ਜ਼ਿੰਦਗੀ ਦੇ ਸਕਦਾ ਹੈ ਸੁਖਮਨੀ ਜੀ ਤੁਸੀਂ ਕੀ ਸੋਚਦੇ ਹੋ ਰੂਲ ਆਫ ਲਾਅ ਜੀ ਡੈਮੋਕ੍ਰੇਸੀ ਦਾ ਬਹੁਤ ਇੰਪੋਰਟੈਂਟ ਐਸਪੈਕਟ ਹੈ ਜਿਹੜਾ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਵਿਦ ਇਨ ਦੀ ਲਾਅ ਆਪਾਂ ਡੈਫੀਨੇਟਲੀ ਕੋਈ ਨਾ ਕੋਈ ਉਹਦੇ ਵਿੱਚ ਚੇਂਜਿਸ ਮੰਗ ਸਕਦੇ ਹਾਂ ਉਹਦੇ ਵਿੱਚ ਉਹਦੇ ਦੌਰਾਨ ਹੀ ਆਪਣੇ ਹੱਕ ਮੰਗ ਸਕਦੇ ਹਾਂ ਨੋਟ ਬਿਯੋਂਡ ਦੈਟ ਜੀ ਤੇ ਇੱਕ ਗੱਲ ਹੋਲ ਹੈ ਬਹੁਤ ਸਾਰੇ ਕੇਸਿਸ ਦਾ ਰਿਪੋਰਟ ਵੀ ਨਹੀਂ ਹੁੰਦੇ ਅਸੀਂ ਅੱਜ ਸਾਨੂੰ ਇਹ ਗੱਲ ਕਰਨੀ ਚਾਹੀਦੀ ਕਿ ਉਹ ਰਿਪੋਰਟ ਜਿਹੜੇ ਕੇਸਿਸ ਆ ਮਹਿਲਾਵਾਂ ਦੇ ਖਿਲਾਫ ਉਹ ਕਿਉਂ ਨਹੀਂ ਹੋ ਰਹੇ ਕਿਉਂਕਿ ਜਿਹੜੇ ਘਰ ਦੇ ਹੈਗੇ ਉਹ ਕਹਿੰਦੇ ਆ ਜੇ ਤੂੰ ਰਿਪੋਰਟ ਹਾਂ ਬਿਲਕੁਲ ਸਮਾਜ ਦਾ ਡਰ ਕੱਲ ਨੂੰ ਤੇਰਾ ਵਿਆਹ ਨਹੀਂ ਹੋਏਗਾ ਤੇਰੇ ਸਹੁਰੇ ਵਾਲੇ ਕੀ ਕਹਿਣਗੇ ਸਮਾਜ ਦੇ ਵਿੱਚ ਸਾਡੀ ਤਾਂ ਨੱਕ ਕੱਟ ਜੇਗੀ ਜੇ ਲੋਕਾਂ ਨੂੰ ਪਤਾ ਚੱਲ ਗਿਆ ਯਾਨੀ ਕਿ ਪ੍ਰੈਸ਼ਰ ਜਿਹੜਾ ਹੈ ਬਿਲਕੁਲ ਕੁਝ ਵੀ ਪ੍ਰੈਸ਼ਰ ਜਿਹੜਾ ਹੈ ਸ਼ੁਰੂ ਤੋਂ ਪਰਿਵਾਰ ਤੋਂ ਹੀ ਬਿਲਡਅਪ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਫ੍ਰੀ ਐਜੂਕੇਸ਼ਨ ਆਲਰੇਡੀ ਸਰਕਾਰੀ ਸਕੂਲਾਂ 'ਚ ਹੈਗੀ ਹੈ ਪਰ ਸਾਨੂੰ ਅੱਜ ਇਹ ਸਵਾਲ ਪੁੱਛਣਾ ਚਾਹੀਦਾ ਕਿੰਨੇ ਕੁ ਘਰ ਜਿਹੜੇ ਗਰੀਬ ਤਬਕੇ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੀ ਕੁੜੀਆਂ ਨੂੰ ਸਕੂਲਾਂ 'ਚ ਭੇਜ ਰਹੇ ਹੈ ਕਾਲਜ ਦੇ ਵਿੱਚ ਭੇਜ ਰਹੇ ਹੈ ਉਹ ਜਿਹੜੀ ਜੋਬ ਕਰਨਾ ਚਾਹੁੰਦੀਆਂ ਨੇ ਉਸ ਜੋਬ ਉਹਨਾਂ ਨੂੰ ਕਰਨ ਦੇ ਰਹੇ ਹੈ ਜੀ ਅਦਿਤ ਮਾਹੌਲ ਥੋੜ੍ਹਾ ਜਿਹਾ ਗਰਮ ਹੋ ਗਿਆ ਚਲੋ ਇਹਨੂੰ ਥੋੜ੍ਹਾ ਠੰਡਾ ਕਰਦੇ ਹਾਂ ਸਾਡੇ ਨਾਲ ਸੁੱਖੀ ਜੀ ਮੌਜੂਦ ਨੇ ਫੋਕ ਸਿੰਗਰ ਨੇ ਅਤੇ ਸਾਡੇ ਦਰਸ਼ਕ ਵੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋਣਗੇ ਕਿ ਇਹਨਾਂ ਕੋਲ ਸਿੰਗਰ ਅਤੇ ਸਾਨੂੰ ਕੁਝ ਸੁਣਾ ਵੀ ਨਹੀਂ ਰਹੇ ਅਤੇ ਮੈਂ ਗੁਜ਼ਾਰਿਸ਼ ਕਰਾਂਗੀ ਸੁੱਖੀ ਜੀ ਨੂੰ ਕਿ ਕੁਝ ਚਾਰ ਲਾਈਨਾਂ ਸਾਨੂੰ ਮਹਿਲਾਵਾਂ ਦੇ ਦਿਨ ਦੇ ਮੌਕੇ ਉਹਨਾਂ ਦੇ ਲਈ ਕੁਝ ਖਾਸ ਪੇਸ਼ਕਸ਼ ਹੋਣਗੇ ਮੈਂ ਚਲੋ ਮਹਿਲਾਵਾਂ ਵਾਲਾ ਗੀਤ ਸੁਣਾ ਦਿੰਦੇ ਹਾਂ ਬਹੁਤ ਹੀ ਵਧੀਆ ਗੀਤ ਹੈ ਜਿੰਦ ਸੁਹਾੜਾ ਜੀ ਦੀ ਰਚਨਾ ਇਹ ਪੰਜਾਬ ਦੀ ਕੁੜੀ ਦਾ ਕੁੜੀਆਂ ਦਾ ਸਾਰੀਆਂ ਦਾ ਹੀ ਸੋਚ ਲਓ ਕਿਉਂਕਿ ਵਰਡਿੰਗ ਦੇ ਵਿੱਚ ਪੰਜਾਬ ਹੈ ਕਿਉਂਕਿ ਸਾਰੇ ਸਟੇਟਾਂ ਦੇ ਵਿੱਚ ਕੁੜੀ ਉਹੀ ਹੈ ਜਿਹੜੀ ਜੰਮਦੀ ਹੈ ਧੀਆਂ ਦਾ ਬਰਾਬਰੀ ਰੁਤਬਾ ਬਰਾਬਰੀ ਬਲਾਤਕਾਰ ਹੋ ਰਿਹਾ ਬਰਾਬਰੀ ਜਿਹੜਾ ਹੱਕ ਕਿਸੇ ਨੂੰ ਵੀ ਨਹੀਂ ਮਿਲਿਆ ਹਜੇ ਤੱਕ ਨਾ ਮੈਨੂੰ ਲੱਗਦਾ ਮਿਲਣਾ ਆਈ ਥਿੰਕ ਸੋ ਹੈਨਾ ਨਾ ਮਿਲਿਆ ਨਹੀਂ ਪਰ ਕੀ ਲੱਗਦਾ ਕਿ ਸੁਖੀ ਜੀ ਅਸੀਂ ਇਹੀ 네ਗੇਟਿਵ ਸੋਚ ਹੀ ਰੱਖਦੇ ਚਾਹਾਂਗੇ ਕਿ ਕਦੇ ਮਿਲਣਾ ਨਹੀਂ ਹੈ ਯੈਸ ਪੋਜ਼ਿਟਿਵ ਹੋਊਗੀ ਮੈਂ ਤੁਹਾਨੂੰ ਦੱਸਿਆ ਪੋਜ਼ਿਟਿਵ ਤਾਂ ਹੋਊਗੀ ਜਦੋਂ ਇੱਕ ਬੰਦੇ ਨੂੰ ਪਤਾ ਲੱਗ ਗਿਆ ਵੀ ਬੱਚਾ ਕਿਵੇਂ ਪੈਦਾ ਕਰਦੀ ਹੈ ਔਰਤ ਕਿੰਨੇ ਦੁੱਖਾਂ ਤਕਲੀਫਾਂ 'ਚੋਂ ਲੰਘਣਾ ਪੈਂਦਾ ਹੈ ਬੰਦੇ ਦੀ ਜਿਹੜੀ ਜ਼ਾਤ ਹੈ ਮੈਂ ਆਪਣੇ ਤੇ ਲਾਗੂ ਕਰਕੇ ਦੱਸਦੀ ਹਾਂ ਪਹਿਲਾਂ ਉਹ ਪਿਓ ਦੇ ਰੂਪ 'ਚ ਫਿਰ ਉਹ ਚਲੋ ਖੈਰ ਆਪਾਂ ਤੁਹਾਡੇ ਆਪਾਂ ਗਾਣੇ ਵੱਲ ਰੁਕ ਕਰਦੇ ਹਾਂ ਤੁਹਾਡੇ ਚਲੋ ਆਪਾਂ ਥੋੜਾ ਜਿਹਾ ਬਦਲਦੇ ਹਾਂ ਚੈਪਟਰ ਨੂੰ ਲੈਟ ਅਸ ਸੋ ਫਾਰ ਦਾ ਬੈਸਟ ਪਰਮਾਤਮਾ ਕਰੇ ਸੋ ਬੰਦਿਆਂ ਦੀ ਸੋਚ ਹਾਂ ਬਦਲੋ 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 ਕੀ ਸੋਚ ਬਦਲ ਕੀ ਦੀ ਚਾਰ ਲਾਈਨਾਂ ਬੰਦਿਆਂ ਦੀ ਸੋਚ ਬਦਲਣ ਦੀ ਲੋੜ ਹੈ ਜੀ ਜੀ ਵੇ ਨੀਵੀਂ ਕਰ ਅੱਖ ਮੇਰੇ ਵੱਲ ਕੀਏ ਝਾਕਦਾ ਵੇ ਸਿਰੋਂ ਲੈ ਕੇ ਪੈਰਾਂ ਤੱਕ ਮੈਨੂੰ ਕੀਏ ਮਾਪਦਾ ਵੇ ਨੀਵੀਂ ਕਰ ਅੱਖ ਮੇਰੇ ਵੱਲ ਕੀਏ ਝਾਕਦਾ ਵੇ ਸਿਰੋਂ ਲੈ ਕੇ ਪੈਰਾਂ ਤੱਕ ਮੈਨੂੰ ਕੀਏ ਮਾਪਦਾ ਮੈਨੂੰ ਕੰਡੇ ਵੀ ਨੇ ਬੜੇ ਭਾਵੇਂ ਪੱਤੀ ਮੈਂ ਗੁਲਾਬ ਦੀ ਵੇ ਹੋਸ਼ ਨਾਲ ਗੱਲ ਕਰ ਧੀ ਮੈਂ ਪੰਜਾਬ ਦੀ ਹੋਸ਼ ਨਾਲ ਗੱਲ ਕਰ ਧੀ ਮੈਂ ਪੰਜਾਬ ਦੀ ਬੂਰੀਆਂ ਦਾ ਦੁੱਧ ਪੀ ਕੇ ਹੋਈਆਂ ਜਵਾਨ ਮੈਂ ਰੰਗਲੇ ਪੰਜਾਬ ਦੀ ਵੇ ਰਹਿਣਾ ਬਾਲ ਸ਼ਾਨ ਮੈਂ ਉੱਚੀ ਰੱਖੂ ਪੱਗ ਜੱਸਾ ਸਿੰਘ ਮੈਂ ਨਵਾਬ ਦੀ ਵੇ ਹੋਸ਼ ਨਾਲ ਗੱਲ ਕਰ
बिल्कुल ती बेशक चाहे पंजाब दी होवे हरियाणा हिमाचल जिथों दी मर्जी होवे होश दे नाल गल करनी चाहिए और मैनूं लगदा कि जिस दिन ये जिहड़ी गल है सारे मुंडियां ने अपने दिमाग दे विच बिठा ली मैनूं लगदा कि फिर सानूं बेटी बचाओ बेटी पढ़ाओ ये सारियां दीआं मुहिमां दी लोड़ नहीं है। खैर जदों गल आउंदी है महिला दी ते एक दिन एक कुछ समां कदे वी जिहड़ा है वह घट पै जांदा है उहदे क्योंकि महिला दा जिहड़े मुद्दियां दी गल करी इन्ने ज़्यादा हुंदे ने कि थोड़े जिहे समें दे विच जिहड़ा है उहदे ते चर्चा नहीं हो सकदी। फिर भी असीं वख-वख पहलूआं नूं छूण दी कोशिश कीती है। मैं सारिआं दा एक वार फिर तो जिहड़े साडे पैनल दे विच गैसट मौजूद ने रंजीता मेहता जी धन्नवाद करदी हां, आदिति शरोन दा धन्नवाद करदी हां, सुखी बराड़ जी बहुत बहुत धन्नवाद तुहाडा, तुसीं इन्ना सोहणा मनोरंजन भी कीता ते सानूं बहुत सोहणियां गल्लां भी दस्सियां, तुहाडा भी बहुत बहुत सुखमनी बाल रियाड़ जी मैं धन्नवाद करदी हां। ते इस दे नाल ही मेरे सहयोगी कुलदीप जांदे जांदे की कहना चाहोंगे? बस मैं यही कहना चाहूँगी कि जस्ट टीवी देख रहे तमाम दर्शकों नूं ते तमाम औरतों नूं हैप्पी वूमेंस डे दीआं बहुत बहुत मुबारक, हैप्पी वूमेंस डे जी, बहुत बहुत शुक्रिया। तो बिल्कुल जी इस तरह हंसते रहो मुस्कुराते रहो तो उम्मीद करते हैं अज का प्रोग्राम जोड़ा तुम्हें पसंद आया होगा। एक बार फिर तो जस टीवी के सारे ही दर्शकों खास करके महिलावानू कौमांतरी महिला दिहाड़े दिया बहुत बहुत मुबारक, सत श्री अकाल।